ਅੱਛਾ ਆਲਮੋਸਟ ਕੀ ਹੁੰਦਾ ਲੰਡਨ ਦੇ ਵਿੱਚ ਜਾ ਕੇ ਗੱਡੀ ਪਾਸ ਨਹੀਂ ਹੁੰਦੀ ਅੱਛਾ ਉਹਨੂੰ ਪਲੇਟ ਲੱਗ ਗਈ ਤੁਹਾਡੀ ਗੱਡੀ ਬਾਹਰ ਹਾਂਜੀ ਉਹਦੇ ਸਾਰੀਆਂ ਦੇ ਸਟicker ਲੱਗੇ ਹੋਏ ਭਾਜੀ ਸਾਰੇ ਗੱਡੀਆਂ ਨੰਬਰ ਲੱਗੇ ਹੋਏ ਆ ਹਾਂ ਕੋਈ ਇਦਾਂ ਦੀ ਗੱਲ ਹੈ ਨਹੀਂ ਜੀ ਤੇ ਹੁਣ ਬਈ ਜਿਹੜੀ ਇਹ ਗੱਡੀ ਆ ਇਹ ਜਿਹੜੇ ਬਾਈ ਕੋਲੇ ਚੱਲੀ ਆ ਆਰਡਰ ਫੜਿਆ ਤਾਂ ਬਾਈ ਨੂੰ ਕਿੰਨੇ ਟਾਈਮ 'ਚ ਗੱਡੀ ਤਿਆਰ ਕਰਕੇ ਦੇਤੀ ਇਹ ਭਾਜੀ ਮੰਨ ਲਓ ਆਫਟਰ ਬੁਕਿੰਗ ਮੰਨ ਕੇ ਚਲੋ 2-3 ਮਹੀਨਿਆਂ ਦੇ ਵਿੱਚ ਟਾਈਮ ਪੀਰੀਅਡ ਹੁੰਦਾ 2-3 ਮਹੀਨਿਆਂ ਵਿੱਚ ਅਸੀਂ ਗੱਡੀ ਰੈਡੀ ਕਰ ਦਿੰਦੇ ਹਾਂ ਥਿੰਗ ਇਹ ਕਿ ਇਹਦੀ ਲਾਈਟਾਂ ਜਿਹੜੀਆਂ ਪ੍ਰੋਪਰ ਚੱਲਦੀਆਂ ਚਾਹੀਦੀਆਂ ਫਰੰਟ ਲਾਈਨਾਂ ਤੇ ਬੈਕ ਲਾਈਟ ਜਿਹੜੀ ਹੁੰਦੀ ਆ ਉਹ ਚੱਲਦੀ ਟੇਲ ਲਾਈਟ ਹੋ ਗਈ ਹੈਡ ਲਾਈਟ ਹੋ ਗਈ ਫੌਗ ਲੈਂਪ ਹੋ ਗਈ ਇਲੈਕਟ੍ਰੀਕਲ ਪਾਰਟ ਪੱਖੋਂ ਗੱਡੀ ਓਕੇ ਸਾਰੋ ਭਾਈ ਉੱਥੇ ਇਨਸਪੈਕਸ਼ਨ ਹੋਊਗੀ ਗੱਡੀ ਦੈਨ ਉਸ ਤੋਂ ਬਾਅਦ ਫੇਰ ਉਹਨਾਂ ਨੇ ਸਟicker ਦੇਣਾ ਹੈਗਾ ਇਹ ਡੋਰ ਜਿਹੜਾ ਵਾ ਯਾਰ ਐ ਬਾਹਾਂ ਜੀਆਂ ਖੋਲ ਕੇ ਖੜੇ ਹੋ ਜਾਂਦੇ ਤਾਂ ਪਤੰਦਰ ਵੱਡਾ ਹੀ ਵਾਲਾ ਆ ਬਹੁਤ ਵੱਡਾ ਵੀਰੇ ਇਹਦਾ ਹੁਣ ਹਾਈਟ 'ਚ ਹੀ ਮੰਨ ਕੇ ਚੱਲੋ ਹੁਣ ਤੁਸੀਂ ਫੋਰਚੂਨਰ ਦਾ ਡਬਲ ਹੀ ਲਾ ਲਓ ਤੁਸੀਂ ਇਹ ਫੋਰਚੂਨਰ ਤਾਂ ਇੱਥੇ ਕਿ ਮੁੱਕ ਜਾਣੀ ਆ ਕੇ ਭਾਈ ਇਹਦੇ ਇੱਥੇ ਕਿ ਖਤਮ ਹੋ ਜੂ ਫੋਰਚੂਨਰ ਹੁਣ ਮਾੜਾ ਸਮਾਨ ਨਹੀਂ ਲੱਗਾ ਤਾਂ ਮਤਲਬ ਇਹ ਹੁਣ ਦੱਸ ਦਈਏ ਬਾਈ ਜੇ ਇੰਜਣ ਕਿਹੜਾ ਆ ਹਾਂਜੀ ਇਹਦੇ ਵਿੱਚ ਇੰਜਣ ਭਾਜੀ ਕਰੋਲਾ ਦਾ ਹੈਗਾ ਜੀ ਕਰੋਲਾ ਦਾ ਇੰਜਣ ਗੱਡੀ ਦਾ ਹਾਂਜੀ ਟੋਆਟਾ ਕਰੋਲਾ ਜੀ ਪੈਟਰੋਲ ਹਾਂਜੀ ਪੈਟਰੋਲ ਇੰਜਨ ਪੈਟਰੋਲ ਹੀ ਚੱਲੂਗਾ ਭਾਜੀ ਡੀਜ਼ਲ ਗੱਡੀਆਂ ਨਹੀਂ ਚੱਲਦੀਆਂ ਉੱਥੇ ਤੇ ਜਿਹੜਾ ਭਾਈ ਉਹ ਟਾਇਰ ਪਿਆ ਹੋਇਆ ਇਹ ਕਿਹਨੂੰ ਪੈਣਾ ਇਹ ਇਹਦੇ ਹੀ ਪੈਣਾ ਭਾਜੀ ਡੋਜ ਦੇ ਅੱਛਾ ਇਹਨੂੰ ਇਹੀ ਪੈਣਾ ਹਾਂਜੀ 40 ਇੰਚ ਦਾ ਟਾਇਰ ਹੈ ਭਾਜੀ ਇਹ 40 ਨੰਬਰ ਹਾਂਜੀ ਫਿਊਲ ਦੇ ਓਰੀਜਨਲ ਲਾਏ ਇਹਦੇ ਇਹ ਗੱਡੀ ਆ ਹੁਣ ਇਹ ਹੈਗੀ ਬਾਹਰਲੇ ਦੇ ਢੰਗ ਨਾਲ ਬੜੀਆਂ ਪਤੰਦਰ ਦੀ ਆਟੋਮੈਟਿਕ ਆ ਹਾਂਜੀ ਹੈ ਤੇ ਭਾਈ ਇਹ ਗੱਡੀ ਜਿਹੜੀ ਆ ਜੀ ਆਪਾਂ ਇਹਦਾ ਖਰਚਾ ਦੱਸਣਾ ਹੋਵੇ ਬੈਸਟ ਟਾਈਮ ਜਿਹੜੇ ਬਾਈ ਨੇ ਆਰਡਰ ਕਰੀ ਕਿੰਨੇ ਚ ਪੈ ਗਈ ਹੋਊ ਉਹਨੂੰ ਭਾਜੀ ਮੰਨ ਕੇ ਚੱਲੋ ਜਿਵੇਂ ਆ ਜੀਪ ਹੈਗੀ ਹੈ ਭਾਜੀ 5.5 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਭਾਜੀ ਆ ਜੀਪ 5.5 ਲੱਖ ਤੋਂ ਸਟਾਰਟ ਆ ਹਾਂਜੀ ਇਸ ਤੋਂ ਬਾਅਦ ਭਾਈ ਇਧਰ ਆ ਕਿਹੜੀ ਗੱਡੀ ਆ ਫਿਰ ਭਾਈ ਇਹ ਰੂਬੀਕੌਨ ਬਣਾਈ ਹੈ ਭਾਜੀ ਅੱਛਾ ਇਹ ਤਿਆਰ ਹੋ ਗਈ ਭਾਈ ਹਾਂਜੀ ਇਹ ਤਿਆਰ ਹੈ ਭਾਜੀ ਆਟੋਮੈਟਿਕ ਗੇਅਰ ਲਾਇਆ ਹੋਇਆ ਇਹਦੇ ਜੇ ਕਿਸੇ ਨੂੰ ਚਾਹੀਦੀ ਹੋਈ ਆਟੋਮੈਟਿਕ ਆਪਾਂ ਸੇਲ ਕਰਨੀ ਹੈਗੀ ਹੈ ਇਹ ਸੇਲ ਕਰਨੀ ਹਾਂਜੀ ਹਾਂਜੀ ਭੇਜ ਦਾਂਗੇ ਭਾਈ 1 ਟਨ ਦਾ ਕੀ ਕਿੰਨਾ ਟਾਈਮ ਪੀਰੀਅਡ ਹੁੰਦਾ ਜੇ ਕਿਸੇ ਨੇ ਤਿਆਰ 1 ਟਨ ਦਾ ਮੰਨ ਕੇ ਚੱਲੋ ਭਾਜੀ 4-6 ਮਹੀਨੇ ਦਾ ਇਹਦਾ ਪ੍ਰੋਸੀਜਰ ਹੈਗਾ ਭਾਈ 4-6 ਮਹੀਨੇ ਦਾ ਹਾਂਜੀ ਇਹਦਾ ਬਜਟ ਮੰਨ ਕੇ ਚੱਲੋ ਭਾਜੀ 17 ਲੱਖ ਤੋਂ ਸਟਾਰਟ ਹੋ ਜਾਂਦਾ 17 ਲੱਖ ਤੋਂ ਸਟਾਰਟ ਹੋ ਜਾਂਦਾ ਆ ਹਾਂਜੀ ਤੇ ਜੇ ਕਿਸੇ ਨੇ ਜਾਊਗਾ ਤਿਆਰ ਕਰਾਉਣਾ ਜੋਂਗੇ ਦਾ ਮੰਨ ਕੇ ਚੱਲੋ ਤੁਸੀਂ ਭਾਜੀ 15 ਲੱਖ ਹੈਗਾ ਜਿਹੜਾ ਉਹ ਰਸ਼ੀਅਨ ਜੋਂਗਾਂ ਦਾ ਜਿਹੜਾ ਛੋਟਾ ਆਂਦਾ ਹੈਗਾ ਉਹ ਤੇ ਫਿਰ ਉਹਦਾ ਟਾਈਮ ਪੀਰੀਅਡ ਹੋਣੇ ਦੇਣੇ ਬਈ ਅੱਜ ਕੋਈ ਸਾਨੂੰ ਆਰਡਰ ਦਿੰਦਾ ਸਾਈ ਦੇ ਗਿਆ ਹਾਂਜੀ ਤੇ ਕਿੰਨੇ ਮਹੀਨੇ ਚ ਦੇ ਦੇ ਉਹਦਾ ਮੰਨ ਕੇ ਚੱਲੋ ਭਾਈ 4-5 ਮਹੀਨਿਆਂ ਦਾ ਹੈਗਾ ਪ੍ਰੋਸੀਜਰ 4-5 ਮਹੀਨੇ ਸਾਰੀਆਂ ਗੱਡੀਆਂ ਰਸਟ ਪ੍ਰੂਫ ਹੋਣੀਆਂ ਭਾਜੀ ਥੱਲੋ ਵੀ ਜੰਗ ਨਹੀਂ ਪੈਂਦਾ ਹਾਂਜੀ ਉੱਤੋਂ ਵੀ ਕੋਟਿੰਗ ਕੀਤੀ ਹੋਊਗਾ ਸਾਰੀ ਭਾਜੀ ਕੀ ਹੁੰਦਾ ਭਾਜੀ ਬਰਫ਼ ਦੇ ਵਿੱਚ ਨਾ ਉੱਥੇ ਆਪਣੇ ਸਾਲਟ ਪਾ ਦਿੰਦੇ ਜਮਾਨ ਵਾਸਤੇ ਹਾਂ ਬਈ ਖੂਰੇ ਨਾ ਪਿੰਗਲੇ ਨਾ ਸਾਲਟ ਪਾਤਾ ਉੱਤੇ ਫਿਰ ਇਕੱਠਾ ਕਰ ਲਾਂਗੇ ਜੋ ਸਾਲਟ ਪਾ ਦਿੰਦੇ ਉਹ ਸ਼ੋਰਾ ਬਣ ਜਾਂਦਾ ਇੱਕ ਤਰ੍ਹਾਂ ਦਾ ਗੱਡੀਆਂ ਬਾਡੀ ਸਾਰੇ ਗਲਣ ਲੱਗ ਜਾਂਦੇ ਆ ਇਹ ਗਲੂਗੀ ਨਹੀਂ ਭਾਜੀ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਲਓ ਜੀ ਮਿੱਤਰੋ ਗੱਲਬਾਤ ਐਦਾਂ ਆ ਕਿ ਇਹ ਗੱਡੀਆਂ ਉਹ ਵਾਲੀਆਂ ਨੇ ਭਾਈ ਜਿਹੜੀਆਂ ਜਦੋਂ ਤੁਹਾਡੇ ਘਰ ਦੇ ਗੇਟ 'ਚ ਪਹਿਲੀ ਵਾਰੀ ਵੜਦੀਆਂ ਆ ਸ਼ਰੀਕਾਂ ਦੀ ਹਿੱਕ ਤੇ ਦੀਵੇ ਬਾਲ ਜਾਂਦੇ ਨੇ ਉਹ ਵਾਲੀਆਂ ਚੀਜ਼ਾਂ ਨੇ ਮਿੱਤਰੋ ਤੇ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਸ਼ਹਿਰ ਭਾਈ ਡੱਬ ਵਾਲੀ ਤੇ ਡੱਬ ਵਾਲੀ ਦੇ ਵਿੱਚ ਭਾਈ ਖੜੇ ਆ ਆਪਾਂ ਬਾਈ ਆਪਣੇ ਜੀਪ ਡਾਕਟਰਸ ਵਾਲੇ ਬਾਈ ਕੋਲੇ ਰਵੀ ਕੋਲੇ ਭਾਈ ਸਤਿ ਸ਼੍ਰੀ ਅਕਾਲ ਬਾਈ ਮੈਂ ਕਿਹਾ ਬਾਈ ਦੀ ਚੀਜ਼ਾਂ ਉਹ ਵਾਲੀਆਂ ਨੇ ਜਦੋਂ ਕਿਸੇ ਦੇ ਵੀ ਬਾਈ ਦੇ ਘਰੇ ਜਾਂਦੀ ਆ ਭਾਵੇਂ ਉਰੇ ਪੰਜਾਬ 'ਚ ਹਰਿਆਣੇ 'ਚ ਭਾਵੇਂ ਬਾਹਰ ਵੀ ਜਾਂਦੀ ਆ ਹਾਂਜੀ ਇੱਕ ਵਾਰੀ ਆਂਢ ਗਵਾਂਢ ਦੇ ਕਾਲਜ ਮੱਚ ਜਾਂਦੇ ਨੇ ਜੀਪ ਲੈ ਪਤੰਦਰ ਤੇ ਬਾਈ ਜਿਹੜੀ ਆਹ ਜੀਪ ਆ ਹਾਂਜੀ ਇਹ ਚੱਲੀ ਕਿੱਥੇ ਆ ਇਹ ਭਾਜੀ ਜੀਪ ਚੱਲੀ ਹੈ ਸ਼ੈਟਲ ਭਾਜੀ USA ਇਹ US ਚੱਲੀ ਆ ਤੇ ਬਾਈ ਆਹ ਇਹ ਵੀ US ਚੱਲੀ ਹੈ ਭਾਜੀ ਇਹ ਕੈਲੀਫੋਰਨੀਆ ਜਾਊਗੀ ਇਹ ਕੈਲੀਫੋਰਨੀਆ ਚੱਲੀ ਹੈ ਤੇ ਬਾਈ ਗੱਲਬਾਤ ਐ ਹੁਣ ਬਾਹਰ ਜਿਵੇਂ ਯਾਰ ਜੀਪਾਂ ਮੰਗਾਉਣ ਦਾ ਟ੍ਰੈਂਡ ਬੜਾ ਚੱਲ ਪਿਆ ਹੈ ਨਾ ਹਾਂਜੀ ਹਾਂਜੀ ਪਰ ਬਾਈ ਬਾਹਰ ਜੀਪਾਂ ਭੇਜਣ ਦੇ ਕੁਝ ਨਾ ਕੁਝ ਤਾਂ ਕਾਨੂੰਨ ਜੇ ਤਾਂ ਹੁੰਦੇ ਹੋਣਗੇ ਯਾਰ ਜੀਪ ਬਾਹਰ ਭੇਜਣੀ ਐ ਤਾਂ ਨਹੀਂ ਇੱਥੇ ਜਗਾੜ ਜਿਵੇਂ ਕਈ ਵੀਰ ਲਾ ਦਿੰਦੇ ਆ ਨਹੀਂ ਭਾਜੀ ਉਹ ਤਾਂ ਗੱਡੀ ਗਾਕ ਤੇ ਘਰ ਤੱਕ ਜਾਂਦੀ ਜਾਂਦੀ ਬੋਲ ਜਾਂਦੀ ਆ ਹੁਣ ਇਹ ਤਾਂ ਜਾਣੀ ਸੱਤ ਸਮੁੰਦਰ ਪਾਰ ਹਾਂਜੀ ਹਾਂਜੀ ਤੇ ਇਹਦੇ ਵਿੱਚ ਕੀ ਲੱਗ ਜਾਣਾ ਗਾਕ ਨੂੰ ਕਿ ਬਾਈ ਕੱਲੂ ਕੋਈ ਕੰਪਲੇਂਟ ਹੀ ਨਾ ਆਵੇ ਭਾਈ ਇਹ ਥਿੰਗ ਇਜ਼ ਇਹ ਕਿ ਫਰਸਟ ਆਫ ਆਲ ਤਾਂ ਗੱਡੀ ਦੇ ਟਾਇਰ ਤੁਸੀਂ ਦੇਖੋ ਵੀ ਵਿੱਚ ਹੋਣੇ ਚਾਹੀਦੇ ਆ ਜਿਹੜੀ ਆਪਾਂ ਬਾਹਰ ਭੇਜਦੇ ਹਾਂ ਹਾਂਜੀ ਹਾਂਜੀ ਹਾਂ ਤੇ ਜਿਹਦੇ ਮਤਲਬ ਵਿੱਚ ਨਹੀਂ ਹੁੰਦੇ ਅਸੀਂ ਫੈਂਡਰ ਲਾਈਨ ਅਲੱਗ ਤੋਂ ਬਣਾ ਕੇ ਦਿੰਨੇ ਆ ਮੈਟਲ ਦੀਆਂ ਉਹ ਉੱਥੇ ਜਾ ਕੇ ਲੱਗ ਜਾਂਦੀਆਂ ਨਾਲ ਅੱਛਾ ਮਤਲਬ ਕਿ ਉਹ ਜਿਹੜਾ ਟਾਇਰ ਦਾ ਹਾਂਜੀ ਕਵਰ ਅਪ ਕਰ ਲੈਂਦੇ ਕਰ ਲੈਂਦੀਆਂ ਕਿ ਟਾਇਰ ਗੱਡੀ ਦੇ ਅੰਦਰ ਅੰਦਰ ਹੈਗੇ ਨੇ ਹਾਂਜੀ ਇੱਕ ਤਾਂ ਇਹ ਤੇ ਬਾਈ ਆ ਹੋ ਗਈ ਭਾਜੀ ਦੈਨ ਦੂਜੀ ਥਿੰਗ ਇਹ ਕਿ ਇਹਦੀ ਲਾਈਟਾਂ ਜਿਹੜੀਆਂ ਪ੍ਰੋਪਰ ਚੱਲਦੀਆਂ ਚਾਹੀਦੀਆਂ ਫਰੰਟ ਲਾਈਨਾਂ ਤੇ ਬੈਕ ਲਾਈਟ ਜਿਹੜੀ ਹੁੰਦੀ ਆ ਉਹ ਚੱਲਦੀ ਟੇਲ ਲਾਈਟ ਹੋ ਗਈ ਹੈਡ ਲਾਈਟ ਹੋ ਗਈ ਫੌਗ ਲੈਂਪ ਹੋ ਗਈ ਹਾਂਜੀ ਹਾਂਜੀ ਇਲੈਕਟ੍ਰੀਕਲ ਪਾਰਟ ਪੱਖੋਂ ਗੱਡੀ ਓਕੇ ਸਾਰੋ ਭਾਜੀ ਉੱਥੇ ਇਨਸਪੈਕਸ਼ਨ ਹੋਊਗੀ ਗੱਡੀ ਦੈਨ ਉਸ ਤੋਂ ਬਾਅਦ ਫੇਰ ਉਹਨਾਂ ਨੇ ਸਟicker ਦੇਣਾ ਹੈਗਾ ਅੱਛਾ ਫੇਰ ਉਹ ਨਹੀਂ ਕਹਿਣਾ ਕਿ ਗੱਡੀ ਹੁਣ ਬਾਈ ਤੁਹਾਡੇ ਘਰੇ ਜਾਊਗੀ ਹਾਂਜੀ ਹਾਂਜੀ ਤੇ ਬਾਈ ਇੱਕ ਚੀਜ਼ ਹੋਰ ਮੈਂ ਪੁੱਛੀ ਸੀ ਬਾਈ ਨੂੰ ਉਹ ਕਹਿੰਦੇ ਯਾਰ ਕਿ ਵਾਈਪਰ ਵੂਪਰ ਜੇ ਵੀ ਚਾਹੀਦੇ ਨੇ ਨਾਲ ਹਾਂਜੀ ਭਾਜੀ ਡਬਲ ਵਾਈਪਰ ਚਾਹੀਦੇ ਨੇ ਸਿੰਗਲ ਵਾਈਪਰ ਨਹੀਂ ਚਾਹੀਦਾ ਕਨੈਕਟਰ ਸਾਈਡ ਬੈਠਾ ਜਿਹੜਾ ਉਹਨੂੰ ਵੀ ਪ੍ਰੋਪਰਲੀ ਵਾਈਪਰ ਹੋਣਾ ਚਾਹੀਦਾ ਅੱਛਾ ਉਹਨੂੰ ਵੀ ਵਾਈਪਰ ਚਾਹੀਦਾ ਹਾਂਜੀ ਤੇ ਬਾਈ ਇੰਜਣ ਦੀ ਇਨਸਪੈਕਸ਼ਨ ਜਿਵੇਂ ਉਰੇ ਤਾਂ ਯਾਰ ਪੋਲੂਸ਼ਨ ਵਾਲੇ ਸਰਟੀਫਿਕੇਟ ਤਾਂ ਅਗਲਾ ਕਹਿੰਦਾ ਰੁਪਈਆ 100 ਦਿਓ ਬਣ ਗਿਆ ਹਾਂਜੀ
ਮਤਲਬ ਕਿ ਜਿਹੜੀ ਬਾਹਰ ਗੱਡੀ ਜਾਣੀ ਆ ਉਹਦਾ ਸਾਰਾ ਕੁਝ ਚੈੱਕ ਕਰਨਾ ਪਊਗਾ ਭਾਜੀ ਪਹਿਲਾਂ ਹੀ ਇੱਥੇ। ਮਤਲਬ ਕਿ ਇਹਨੂੰ ਕੋਈ ਸਮਾਨ ਮਾੜਾ ਨਹੀਂ ਲੱਗਦਾ? ਨਹੀਂ 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 ਲੱਗਦਾ ਭਾਜੀ ਮਾੜਾ ਸਮਾਨ। ਜੇ ਹੁਣ ਮਾੜਾ ਸਮਾਨ ਨਹੀਂ ਲੱਗਾ ਤਾਂ ਮਤਲਬ ਕਿ ਹੁਣ ਦੱਸ ਦਈਏ ਬਾਈ ਜੀ ਇੰਜਣ ਕਿਹੜਾ ਆ? ਹਾਂਜੀ ਇਹਦੇ ਵਿੱਚ ਇੰਜਨ ਭਾਜੀ ਕਰੋਲਾ ਦਾ ਹੈਗਾ ਜੀ। ਕਰੋਲਾ ਦਾ ਇੰਜਨ ਗੱਡੀ ਦਾ? ਹਾਂਜੀ ਟੋਆਟਾ ਕਰੋਲਾ ਜੀ। ਪੈਟਰੋਲ? ਹਾਂਜੀ ਪੈਟਰੋਲ ਇੰਜਨ, ਪੈਟਰੋਲ ਹੀ ਚੱਲੂਗਾ ਭਾਜੀ, ਡੀਜ਼ਲ ਗੱਡੀਆਂ ਨਹੀਂ ਚੱਲਦੀਆਂ ਉੱਥੇ। ਕਈ ਮੰਗਵਾ ਲੈਂਦੇ ਆ, ਕਈ ਭੇਜ ਵੀ ਦਿੰਦੇ ਆ, ਹਾਂ ਕਹਿ ਦਿੰਦੇ ਆ ਬਈ ਹਾਂਜੀ ਚਲੋ ਕੋਈ ਨਹੀਂ ਭੇਜ ਦਿਆਂਗੇ, ਬਟ ਦ ਥਿੰਗ ਇਜ਼ ਕਿ ਉੱਥੇ ਨਹੀਂ ਚੱਲਦੀ ਇਹ, ਪਾਸ ਹੀ ਨਹੀਂ ਹੁੰਦੀ। ਕਾਰਨ ਕੀ ਹੈ ਕਿ ਪਾਸ ਨਹੀਂ ਹੁੰਦੀ ਭਾਜੀ ਜਮਾਂ ਹੀ ਉੱਥੇ ਆਉਣਾ ਇਹ ਟਾਈਮ 'ਚ ਇੰਡੀਆ 'ਚ ਬੰਦ ਹੋ ਜਾਣੀ ਹੈ ਭਾਜੀ, ਉਹ ਤਾਂ ਫਿਰ ਵੀ ਫੋਰਨ ਹੈ। ਹਾਂ ਦੇਖ ਜੀ ਯਾਰ ਬਾਈ ਮਾਈਨਸ ਟੈਂਪਰੇਚਰ ਹੈ ਉੱਥੇ ਹੈ। ਹੁਣ ਜੇ ਮੈਂ ਮੰਨ ਲਓ ਇੱਥੇ ਕਿਸੇ ਨੇ ਮਹਿੰਦਰਾ ਦਾ ਇੰਜਣ ਰੱਖ ਕੇ ਗੱਡੀ 'ਚ ਘੱਲਤਾ, ਪ੍ਰੋਬਲਮ ਕੀ ਆਊਗੀ ਭਾਜੀ? ਪ੍ਰੋਬਲਮ ਇਹ ਆਊਗੀ ਇੱਕ ਤਾਂ ਸੈਲਫ ਲੰਬੀ ਲਊਗੀ, ਦੈਨ ਦੂਜੀ ਥਿੰਗ ਇਹ ਹੋ ਜਾਂਦੀ ਹੈ ਵੀ ਉਹ ਸਟਾਰਟ ਵੀ ਨਹੀਂ ਹੋਗੀ, ਔਖੀ ਸਟਾਰਟ ਹੋਗੀ। ਮਤਲਬ ਕਹਿਣ ਦਾ ਮਤਲਬ ਇਹ ਹੈਗਾ ਧੱਕਾ ਕਰਨਾ ਪੈਣਾ, ਧੱਕਾ ਕਰਨਾ ਪੈਣਾ ਭਾਜੀ। ਤੇ ਇਹਦਾ ਨੁਕਸਾਨ ਹੋਊ ਗੱਡੀ ਦਾ? ਗੱਡੀ ਦਾ ਨੁਕਸਾਨ ਹੋਊਗਾ ਹੀ ਭਾਜੀ, ਸਾਰਾ ਪ੍ਰੈਸ਼ਰ ਗੱਡੀ ਤੇ ਇੱਕਦਮ ਲੋਡ ਜਾਊਗਾ ਸਾਰਾ, ਮਾਈਨਸ 'ਚ ਟੈਂਪਰੇਚਰ ਹੋਊਗਾ ਤੇ ਆਲਰੇਡੀ ਗੱਡੀ ਸਟਾਰਟ ਨਹੀਂ। ਕਈ ਵਾਰੀ ਕੀ ਹੁੰਦਾ ਡੀਜ਼ਲ ਵੀ ਜੰਮ ਜਾਂਦਾ ਵਿੱਚ, ਹਾਂ ਪੈਟਰੋਲ ਜੰਮਦਾ ਨਹੀਂਗਾ ਛੇਤੀ। ਬਿਲਕੁਲ ਭਾਈ, ਹਾਂਜੀ ਤੇ ਮਤਲਬ ਉਧਰ ਗੱਡੀ ਦਾ ਨੁਕਸਾਨ ਹੋਇਆ ਨਹੀਂ, ਹਾਂਜੀ ਇਧਰ ਡੱਬ ਵਾਲੀ ਮਾੜੀ ਬਣੀ ਨਹੀਂ। ਹਾਂਜੀ ਹਾਂਜੀ ਇਹੀ ਇਹੀ ਹੈ ਭਾਜੀ, ਇਦਾਂ ਹੀ ਹੋਊਗਾ ਜੀ, ਤਾਂ ਹੀ ਬਾਈ ਕੰਮ ਸਿਰੇ ਦਾ ਕਰਕੇ। ਹਾਂਜੀ ਹਾਂਜੀ ਤੇ ਹੁਣ ਬਾਈ ਜਿਹੜੀ ਇਹ ਗੱਡੀ ਆ, ਇਹ ਜਿਹੜੇ ਬਾਈ ਕੋਲੇ ਚੱਲੀ ਆ ਆਰਡਰ ਫੜਿਆ ਤਾਂ ਬਾਈ ਨੂੰ ਕਿੰਨੇ ਟਾਈਮ 'ਚ ਗੱਡੀ ਤਿਆਰ ਕਰਕੇ ਦੇਤੀ? ਇਹ ਭਾਜੀ ਮੰਨ ਲਓ ਆਫਟਰ ਬੁਕਿੰਗ ਮੰਨ ਕੇ ਚੱਲੋ 2 ਤੋਂ 3 ਮਹੀਨਿਆਂ ਦੇ ਵਿੱਚ ਟਾਈਮ ਪੀਰੀਅਡ ਹੁੰਦਾ, 2 ਤੋਂ 3 ਮਹੀਨਿਆਂ ਵਿੱਚ ਅਸੀਂ ਗੱਡੀ ਰੈਡੀ ਕਰ ਦਿੰਦੇ ਹਾਂ। 2 ਤੋਂ 3 ਮਹੀਨੇ ਦੇ ਵਿੱਚ ਜਿਹੜੀ, ਇਹ ਤਾਂ ਬਾਈ ਹੈਗੀ ਆ ਕਿ ਪ੍ਰੋਪਰ ਬਿੱਲੀ ਲੋਕੇ ਆ, ਹਨਾ? ਹਾਂਜੀ ਹਾਂਜੀ। ਹੁਣ ਕਈ ਵੀਰ ਮੰਗਦੇ ਨੇ ਯਾਰ, ਅਗਲਾ ਕਹਿੰਦਾ ਬਾਈ ਮੈਂ ਤੈਨੂੰ 2 ਫੁੱਟੇ ਟਾਇਰ ਵੀ ਪਾਉਣੇ ਚਾਹੁੰਦਾ, ਤੇ ਫਿਰ ਬਾਈ? ਨਹੀਂ ਭਾਜੀ ਉਹ ਸਾਰਾ ਹੋ ਜਾਂਦਾ, ਕਵਰ ਅਪ ਹੋ ਜਾਂਦਾ ਉਸ ਟਾਈਮ ਦੇ ਵਿੱਚ। ਹਾਂਜੀ ਅੱਛਾ, ਉਹ ਵੀ ਉਹਦੇ ਵਿੱਚ ਹੋ? ਹਾਂਜੀ ਹੋ ਜਾਂਦਾ। ਜਿਵੇਂ ਜਿਹੜੀ ਨਾਲ ਖੜੀ ਆ ਫਿਰ ਬਾਈ ਇਹ? ਇਹ ਵੀ ਭਾਜੀ ਇੰਨੇ ਟਾਈਮ ਦੇ ਵਿੱਚ ਹੋਈ ਹੈ ਰੈਡੀ, ਇਹ ਵੀ 2 ਮਹੀਨੇ ਦੇ ਵਿੱਚ। ਹਾਂਜੀ ਹਾਂਜੀ। ਕੀ ਹੁੰਦਾ ਕਈ ਵਾਰੀ ਕੀ ਕਸਟਮਰ ਕੀ ਕਹਿੰਦਾ ਗੱਡੀ ਰੈਡੀ ਹੋਣ ਤੋਂ ਬਾਅਦ ਵੀ ਕਹਿ ਦਿੰਦਾ ਮੈਨੂੰ ਇਹ ਚੀਜ਼ ਚਾਹੀਦੀ ਹੈਗੀ ਆ, ਫਿਰ ਪੱਟਣਾ ਪੈਣਾ। ਹਾਂਜੀ ਫਿਰ ਪੱਟਣਾ ਪੈਣਾ। ਇਹ ਚੀਜ਼ਾਂ ਹੁੰਦੀਆਂ, ਪਹਿਲਾਂ ਅਸੀਂ ਸਾਰਾ ਚਾਰਟ ਬਣਾ ਲੈਂਦੇ ਹਾਂ ਵੀ ਇਹ ਚੀਜ਼ਾਂ ਲਾਣੀਆਂ, ਫਿਰ ਇੱਕ ਵਾਰ ਫਿਰ ਪੁੱਛ ਲੈਂਦੇ ਹਾਂ ਵੀ ਕੁਛ ਲਵਾਉਣਾ ਹੋਰ ਐਕਸਟਰਾ। ਹਾਂ ਜੋ ਕਹਿ ਦਿੰਦੇ ਹਾਂ ਸਾਡੇ ਕੋ ਬਈ ਹੈਗਾ ਹਰੀ ਬੱਤੀ ਹੈਗੀ, ਫਿਰ ਅਸੀਂ ਗੱਡੀ ਤਿਆਰ ਕਰਨ ਲੱਗਦੇ। ਉਧਰ ਓਕੇ ਹੋ ਗਈ ਤਾਂ 2 ਮਹੀਨੇ 'ਚ ਗੱਡੀ ਤੁਹਾਡੀ ਤਿਆਰ ਹੋ ਕੇ ਖੜੀ ਆ ਬਾਈ। ਹਾਂਜੀ ਹਾਂਜੀ। ਤੇ ਮੰਨ ਲਓ ਉਧਰ ਗੱਡੀ ਜਾਣੀ, ਹੁਣ ਜਿਹੜਾ ਬਾਈ ਬਾਹਰ ਬੈਠਾ ਉਹਨੇ ਤਾਂ ਚਲਾ ਕੇ ਦੇਖਣੀ ਨਹੀਂ ਹੈ, ਫਿਰ ਉਰੇ ਟੈਸਟ ਕੌਣ ਕਰਦਾ ਬਾਈ ਗੱਡੀਆਂ? ਉਰੇ ਭਾਜੀ ਪਹਿਲਾਂ ਤਾਂ ਅਸੀਂ ਆਪਦੀ ਤਸੱਲੀ ਕਰਦੇ ਹਾਂ, ਜੇ ਫਿਰ ਉਹਨਾਂ ਦੇ ਨਾਉਣ 'ਚ ਕੋਈ ਹੁੰਦਾ ਰਿਸ਼ਤੇਦਾਰ ਹੁੰਦਾ ਇੱਥੇ, ਕਿਉਂਕਿ ਹੁੰਦਾ ਹੀ ਆਲਮੋਸਟ ਹੁੰਦਾ ਹੀ ਹੈ ਭਾਜੀ, ਬਾਹਰ ਗਿਆ ਦਾ ਕੋਈ ਨਾ ਕੋਈ ਰਿਸ਼ਤੇਦਾਰ ਹੁੰਦਾ, ਅਸੀਂ ਕਹਿ ਦਿੰਦੇ ਵੀ ਇੱਕ ਵਾਰ ਆ ਜਾਓ ਟੈਸਟ ਡਰਾਈਵ ਲੈ ਕੇ ਦੇਖ ਲਓ, ਤੇ ਉਹ ਉੱਥੇ ਹੋ ਜਾਂਦੀ ਹੈ। ਘਾਟ ਵਾਧ ਹੈ? ਹਾਂਜੀ ਹਾਂਜੀ। ਤੇ ਬਾਈ ਫਿਰ ਇੰਜਨ ਨੂੰ ਸਮਾਨ ਕਿਹੜਾ ਕਿਹੜਾ ਲਾਤਾ ਨਵਾਂ, ਜਿਹਨੂੰ ਆਪਾਂ ਕਹਿ ਦਈਏ ਨਵਾਂ? ਭਾਜੀ ਰੇਡੀਏਟਰ ਹੋ ਗਿਆ, ਬ੍ਰੇਕ ਬੂਸਟਰ, ਕਲਚ ਬੂਸਟਰ, ਐਵਰੀਥਿੰਗ, ਇਹ ਸਾਰੀ ਚੀਜ਼ਾਂ ਨਵੀਆਂ ਹੀ ਲੱਗਦੀਆਂ, ਪੁਰਾਣੀ ਪਾਉਣ ਦਾ ਕੋਈ ਤੁੱਕ ਨਹੀਂ ਭਾਜੀ। ਜੇ ਪੁਰਾਣੀ ਪਾ ਦਿੰਦੇ ਆ? ਪੁਰਾਣੀ ਪਾ ਦਿੰਦੇ ਭਾਜੀ, ਹੁੰਦਾ ਤਾਂ ਕੁਛ ਵੀ ਨਹੀਂ, ਫਿਰ ਵੀ ਭਾਜੀ ਐਂ ਹੁੰਦਾ ਆਪਾਂ ਲੌਂਗ ਟਰਮ ਲਈ ਆਪਾਂ ਸੋਚੀਏ ਤੇ ਕੱਲ ਨੂੰ ਉੱਥੇ ਜਾ ਕੇ ਕੋਈ ਦਿੱਕਤ ਆ ਗਈ, ਫਿਰ ਉਹ ਜੇ ਪਤੰਦਰ ਦੀ ਬ੍ਰੇਕ ਹੀ ਨਾ ਲੱਗੇ, ਫਿਰ ਉੱਥੇ ਜਾ ਕੇ ਭਾਜੀ ਦਿੱਕਤ ਆ ਜਾਂਦੀ ਹੈਗੀ ਆ। ਹਾਂ ਇਹ ਤਾਂ ਹੈ ਬਾਈ। ਹੁਣ ਜੇ ਆਪਾਂ ਬਾਈ ਜਿਹੜੇ ਬਾਈ ਜੀਪਾਂ ਦੇ ਸਾਰੀਆਂ ਭਾਜੀ ਜਿੰਨੀਆਂ ਵੀ ਗੱਡੀਆਂ ਭੇਜਦੇ ਆ ਸਾਰਿਆਂ ਨਾਲ ਅਸੀਂ 에ਅਰ ਫਿਲਟਰ ਨਾਲ, ਠੀਕ ਹੈ ਜੀ, ਨਾਲ ਜੀ ਸਾਰਿਆਂ ਦੇ, ਉੱਥੇ ਮਿਲਦੇ ਨਹੀਂ, ਪ੍ਰੋਬਲਮ ਹੁੰਦੀ ਹੈ ਭਾਜੀ, ਐਸਐਸ ਕਰਕੇ ਅਸੀਂ 8-8, 6-6 ਪੀਸ ਜਿੰਨੇ ਵੀ ਹੁੰਦੇ ਆ ਉਹ ਨਾਲ ਭੇਜਦੇ ਆ। ਬਾਕੀ ਜੇ ਇਨ ਫਿਊਚਰ ਪ੍ਰੋਬਲਮ ਆਉਂਦੀ ਹੈ ਤੇ ਫਿਰ ਅਸੀਂ ਭੇਜ ਦਿੰਦੇ ਆ ਉਹਨੂੰ, ਕੋਰੀਅਰ ਵਗੈਰਾ ਕਰਦੇ ਫਿਰ ਭੇਜ ਦਿੰਦੇ ਆ। ਹਾਂਜੀ ਕੋਈ ਵੀ ਸਮਾਨ ਦੀ ਦਿੱਕਤ ਹੋਵੇ ਐਕਸ ਵਾਈ ਜਿਹੜਾ ਬਾਈ ਰਹਿੰਦਾ ਕੈਨੇਡਾ, ਕੈਨੇਡਾ 'ਚ ਤਾਂ ਤੁਹਾਡਾ ਆਪਦਾ ਹੱਥ ਪੈਂਦਾ। ਹਾਂਜੀ ਉੱਥੇ ਤਾਂ ਕੁਛ ਵੀ ਕਰ ਸਕਦੇ। ਹਾਂ ਉੱਥੇ ਭਾਜੀ ਹੋ ਜਾਂਦਾ, ਪਰ ਅਸੀਂ ਆਲਮੋਸਟ ਕੀ ਕਰਦੇ ਆ ਕਿ ਪਹਿਲਾਂ ਦੇ ਵਿੱਚ ਅਸੀਂ ਗੱਡੀ ਦੇ ਵਿੱਚ ਰੱਖ ਕੇ ਭੇਜਦੇ ਹਾਂ, ਫਿਰ ਉਸ ਤੋਂ ਬਾਅਦ ਜੇ ਫਿਰ ਵੀ ਪ੍ਰੋਬਲਮ ਆਉਂਦੀ ਤਾਂ ਅਸੀਂ ਇੱਥੋਂ ਕੋਰੀਅਰ ਕਰਾ ਦਿੰਦੇ ਹਾਂ ਸਮਾਨ ਜੀ, ਕੋਈ ਵੀ ਕਰਾ ਦਿੰਦੇ ਹਾਂ। ਹਾਂਜੀ ਹੁਣ ਬਾਈ ਜਿਹੜੇ ਬਾਈ ਸਾਡੀ ਵੀਡੀਓ ਦੇਖਦੇ, ਖਾਸ ਕਰਕੇ ਜਿਹੜਾ ਬਾਈ ਐਨ ਆਰ ਆਈ ਆ ਹੈ, ਹੁਣ ਜਿਹਨੇ ਮੰਗਾਉਣੀ ਪਹਿਲੀ ਵਾਰੀ, ਹਾਂਜੀ ਅਗਲਾ ਕਹਿੰਦਾ ਬਾਈ ਗਵਾਂਢੀ ਲੈ ਆ, ਅਗਲਾ ਕਹਿੰਦਾ ਮੇਰੇ ਨਾਲ ਟਰੱਕ ਚਲਾਉਂਦਾ ਸੀ ਜੀਪ, ਉਹਨੇ ਇੰਡੀਆ ਤੋਂ ਮੰਗਾ ਲਈ, ਮੈਂ ਵੀ ਮੰਗਾਉਣੀ ਆ, ਪਰ ਸਲਾਹ ਦੇਣੀ ਆ ਉਹਨੂੰ ਕਿ ਬਾਈ ਜੇ ਇੰਡੀਆ ਤੋਂ ਜੀਪ ਮੰਗਾਉਣੀ ਤਾਂ ਇੰਜਣ ਬਾਈ ਆਹ ਰਖਾਈ। ਹਾਂਜੀ ਕਿਹੜਾ ਇੰਜਣ ਰਖਾਉਣ ਭਾਜੀ? ਦੇਖੋ ਆਪਸ਼ਨਸ ਕਈ ਨੇ, ਬਟ ਮੈਂ ਜੇ ਮੈਂ ਆਪਣੀ ਰੈਫਰੈਂਸ ਤੇ ਮੈਂ ਦੱਸਾਂ, ਮੈਂ ਆਪਣੇ ਓਪੀਨੀਅਨ ਨਾਲ ਦੱਸਾਂ ਤੇ ਮੈਂ ਕਹੂੰਗਾ ਕਿ ਕਰੋਲਾ ਇਜ਼ ਦਾ ਬੈਸਟ ਇੰਜਨ ਹੈ। ਪੈਟਰੋਲ ਦਾ ਇੰਜਨ ਰਖਾਵੇ, ਡੀਜ਼ਲ ਦੇ ਚੱਕਰਾਂ 'ਚ ਨਾ ਪਵੇ, ਕਰੋਲਾ ਦਾ ਇੰਜਨ ਰਖਾ ਲੇ, ਬਹੁਤ ਵਧੀਆ ਹੈਗਾ। ਤੇ ਕਈ ਬੰਦੇ ਸਲਾਹ ਬਾਹਰ ਦਿੰਦੇ ਨੇ ਯਾਰ ਕਿ ਇੱਥੇ ਤਾਂ ਬਲੈਰੋ ਦਾ ਇੰਜਣ ਚੱਲਦਾ ਬਈ, ਦਗੜ ਦੂਸ ਜਿੰਨਾ ਮਰਜ਼ੀ ਭਜਾ ਲਓ, ਭੰਨ ਤੋੜ ਕਰ ਲਓ, ਸਮਾਨ ਮਿਲਦਾ ਝੱਟ, ਪਰ ਬਾਹਰ ਅਗਲੇ ਨੂੰ ਲੱਗਦਾ ਖਰੇ ਬਲੈਰੋ ਇੰਜਣ ਮੰਗਾ ਲਾਂਗੇ ਤਾਂ ਗੱਡੀ ਕਾਮਯਾਬ ਹੋਊਗੀ। ਭਾਜੀ ਟੈਂਪਰੇਚਰ ਇਸ਼ੂ ਆਉਂਦੇ ਹੈਗੇ ਨਾ, ਹੁਣ ਮਾਈਨਸ 'ਚ ਜਾਂਦਾ ਟੈਂਪਰੇਚਰ ਭਾਜੀ, ਡੀਜ਼ਲ ਵੀ ਕਈ ਵਾਰੀ ਜੰਮ ਜਾਂਦਾ ਉੱਥੇ, ਫਿਰ ਡੀਜ਼ਲ ਮੋਟਰ ਵੀ ਅਲੱਗ ਤੋਂ ਲੱਗਦੀ ਹੈ ਨਾ, ਫਿਰ ਹਾਂ ਉਹ ਜੰਮਣ ਨਹੀਂ ਦਿੰਦੀ ਅੰਦਰ, ਉਹਦਾ ਵੀ ਹੋ ਜਾਂਦਾ ਹੈਗਾ ਫਿਰ, ਤਾਂ ਕਰਕੇ ਭਾਜੀ ਮੈਂ
ਪਰ ਇਹਦੇ ਨਾਲ ਪਾਰਸ਼ੈਲਿਟੀ ਨਹੀਂ ਭਾਜੀ ਕੋਈ ਵੀ ਨਹੀਂ ਕਰ ਸਕਦੇ ਹਾਂ ਕੋਈ ਨਹੀਂ ਕਰ ਸਕਦੇ ਭਾਜੀ ਕਿਉਂਕਿ ਅਗਲੇ ਬੰਦੇ ਦੀ ਰੀਝ ਲੱਗੀ ਹੋਈ ਭਾਜੀ ਜਿਹੜੇ ਬਾਕੀ ਭਾਜੀ ਬਾਹਰ ਔਖਾ ਹੋ ਜਾਂਦਾ ਨਾ ਜੇ ਉੱਥੇ ਫਿਰ ਪੱਟ ਕੋ ਦੇਖੋ ਉਹਨਾਂ ਨੂੰ ਮੈਂ ਕਹਿਣਾ ਵੀ ਉਹਨਾਂ ਨੂੰ ਕੋਈ ਮਾੜੇ ਮੋਟੇ ਨਾਲ ਫਰਕ ਵੀ ਨਹੀਂ ਪੈਂਦਾ ਪਰ ਮੈਂ ਕਹਿੰਦਾ ਚੀਜ਼ ਵਧੀਆ ਬਣਾ ਕੇ ਲੈ ਕੇ ਜਾਓ ਮੈਂ ਕਹਿੰਦਾ ਵੀ ਹਾਂ ਵੀ ਚਾਰ ਲੋਕ ਕਹਿ ਪੁੱਛਣ ਵੀ ਹਾਂ ਵੀ ਗੱਡੀ ਰੋਡ ਤੇ ਚੱਲਦੀ ਹੋਈ ਵੀ ਵਧੀਆ ਲੱਗੇ ਗੱਡੀਆਂ ਤਾਂ ਵੈਸੇ ਚੱਲਦੀਆਂ ਹੀ ਵਧੀਆ ਲੱਗਦੀ ਹੈ ਭਾਜੀ ਬਿਲਕੁਲ ਬਾਕੀ ਨਾਲੇ ਅਗਲਾ ਕਹੇ ਗੱਡੀ ਕਿੱਥੋਂ ਆਈ ਹਾਂ ਕਿੱਥੋਂ ਆਈ ਹੈ ਭਾਈ ਜੇ ਗੱਡੀ ਬਾਈ ਆਪਣੇ ਬਾਈ ਨੂੰ ਦੇਤੀ ਇਹਦੇ ਵਿੱਚ ਲਾ ਕੀ ਦਿੱਤਾ ਹੁਣ ਆਪਾਂ ਪ੍ਰੋਪਰ ਦੱਸ ਦਈਏ ਫੀਚਰ ਸਾਰੇ ਹਾਂਜੀ ਆਜੋ ਭਾਈ ਇਹਦੇ ਵਿੱਚ ਭਾਜੀ ਫੀਚਰ ਹੁਣ ਦੇਖੋ ਭਾਜੀ ਇਹ 5 ਸੀਟਰ ਗੱਡੀ ਹੈਗੀ ਹੈ ਭਾਜੀ ਬਿਲਕੁਲ ਭਾਈ ਤੇ ਸਪੀਕਰ ਵਗੈਰਾ ਐਮ ਵਗੈਰਾ ਆਪਾਂ ਲਾਤੇ ਆਟੋਮੈਟਿਕ ਗੱਡੀ ਹੈਗੀ ਹੈ ਭਾਜੀ ਇਹ ਆਟੋਮੈਟਿਕ ਗੇਅਰ ਬਾਕਸ ਆ ਹਾਂਜੀ ਭਾਈ ਗੇਅਰ ਬਾਕਸ ਆ ਆਟੋਮੈਟਿਕ ਹੀ ਬਾਕੀ ਸਾਰਾ ਕੁਝ ਹੀ ਪ੍ਰੋਪਰ ਹੀ ਸੀਟ ਬੈਲਟਾ ਵਗੈਰਾ ਇਹ ਜ਼ਰੂਰੀ ਨੇ ਇਨਸਪੈਕਸ਼ਨ ਚ ਦੇਖਦੇ ਆ ਇਹ ਤਾਂ ਚੈੱਕ ਹੋਣੀਆਂ ਨੇ ਇਹ ਚੈੱਕ ਹੋਣੀਆਂ ਰੀਅਰ ਕੈਮਰਾ ਚੈੱਕ ਹੋਣਾ ਭਾਜੀ ਉਹ ਵਰਕ ਕਰ ਰਿਹਾ ਕਿ ਨਹੀਂ ਅੱਛਾ ਉਹ ਵੀ ਚੈੱਕ ਹੋਣਾ ਉਹ ਵੀ ਚੈੱਕ ਕਰਨਾ ਭਾਜੀ ਕਿਉਂਕਿ ਮੇਰੀ ਗੱਡੀਆਂ ਭਾਜੀ ਕੈਨੇਡਾ ਅਮਰੀਕਾ ਨਹੀਂ ਲੰਡਨ ਚ ਵੀ ਸਾਰੀ ਗੱਡੀਆਂ ਨੂੰ ਨੰਬਰ ਮਿਲਿਆ ਹੋਇਆ ਜੇ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਫੋਟੋਆਂ ਹੀ ਪਾ ਦੂੰਗਾ ਉਹਦੀਆਂ ਸਾਰੀਆਂ ਗੱਡੀਆਂ ਨੂੰ ਨੰਬਰ ਮਿਲੇ ਹੋਏ ਆ ਵੀਡੀਓਜ਼ ਪਾਈਆਂ ਹੋਈਆਂ ਸਾਰੀ ਗੱਡੀਆਂ ਦੇ ਅੱਛਾ ਆਲਮੋਸਟ ਕੀ ਹੁੰਦਾ ਲੰਡਨ ਦੇ ਵਿੱਚ ਜਾ ਕੇ ਗੱਡੀ ਪਾਸ ਨਹੀਂ ਹੁੰਦੀ ਅੱਛਾ ਉਹਨੂੰ ਪਲੇਟ ਲੱਗ ਗਈ ਤੁਹਾਡੀ ਗੱਡੀ ਹਾਂਜੀ ਉਹਦੇ ਸਾਰੀਆਂ ਦੇ ਸਟicker ਲੱਗੇ ਹੋਏ ਆ ਭਾਜੀ ਸਾਰੇ ਗੱਡੀਆਂ ਨੂੰ ਨੰਬਰ ਲੱਗੇ ਹੋਏ ਆ ਹਾਂ ਕੋਈ ਇਦਾਂ ਦੀ ਗੱਲ ਹੈ ਨਹੀਂ ਜੀ ਆਪਾਂ ਜਿਹੜੇ ਕਹਿੰਦੇ ਗੱਲ ਸਹੀ ਕਹਿੰਦੇ ਤੁਹਾਨੂੰ ਫੋਟੋਆਂ ਹੀ ਭੇਜ ਦੇ ਦੂੰਗਾ ਮੈਂ ਉਹ ਵੀ ਤੁਸੀਂ ਪਾ ਦਿਓ ਕੋਈ ਚੱਕਰ ਨਹੀਂ ਅੱਛਾ ਹਾਂਜੀ ਲੈ ਵੀ ਗਾ ਆ ਗੱਲ ਪਹਿਲੀ ਵਾਰੀ ਕਿਸੇ ਬਾਈ ਨੇ ਕਹੀ ਹੈ ਕਿ ਭਾਈ ਸਾਡੀ ਗੱਡੀ ਨੂੰ ਬਾਹਰ ਜਾ ਕੇ ਨੰਬਰ ਲੱਗ ਨਹੀਂ ਨਹੀਂ ਭਾਜੀ ਹਾਂਜੀ ਕੈਨੇਡਾ ਅਮਰੀਕਾ ਤਾਂ ਭਾਜੀ ਹਰੇਕ ਹੀ ਜਾਈ ਜਾਂਦੀ ਹੈਗੀ ਹਰੇਕ ਹੀ ਪਾਈ ਜਾਂਦੇ ਪਰ ਮੈਂ ਕਹਿੰਦਾ ਲੰਡਨ ਦੇ ਵਿੱਚ ਗੱਡੀ ਪਾਸ ਕਰਾਣੀ ਬਹੁਤ ਔਖੀ ਹੈ ਉੱਥੇ ਵੀ ਨੰਬਰ ਲੱਗੇ ਪਏ ਆਪਣੀ ਗੱਡੀਆਂ ਨੂੰ ਕਿ ਮਤਲਬ ਆਪਾਂ ਗੱਡੀ ਦੇ ਵਿੱਚ ਇੰਨਾ ਸਮਾਨ ਲਾ ਕੇ ਜਾਂਦੇ ਆ ਗਾਗ ਨੂੰ ਜੋ ਉਧਰ ਲੋਡ ਹੈਗੀ ਆ ਹਾਂਜੀ ਜੋ ਲੋਡ ਹੈਗੀ ਆ ਭਾਜੀ ਇਹ ਸਾਰੀ ਗੱਡੀ ਚੈੱਕ ਕਰਦੇ ਭਾਜੀ ਕੈਮਰਾ ਹੈਗਾ ਉਹਦੇ ਵਿੱਚ ਸੀਟ ਬੈਲਟ ਆ ਪ੍ਰੋਪਰ ਵਰਕ ਕਰ ਰਹੀਆਂ ਸਾਰਾ ਕੁਝ ਐਵਰੀਥਿੰਗ ਤੇ ਹੁਣ ਜਿਵੇਂ ਬਾਈ ਪਿੱਛੇ ਖੜੇ ਆ ਆਪਾਂ ਜੀਪ ਦੇ ਹਨਾ ਤੇ ਇਹਦੇ ਵਿੱਚ ਆਪਾਂ ਪਿੱਛੇ ਕੀ ਕਰਤਾ ਗੱਡੀ ਦੇ ਤਾਂ ਕੀ ਹੋਰ ਕਰ ਸਕਦੇ ਸੀਗੇ ਭਾਜੀ ਗੱਲ ਇਦਾਂ ਹੈਗੀ ਜਿਵੇਂ ਆ ਤਾਂ ਸਿੰਪਲ ਲੁੱਕ ਚ ਆ ਗਈ ਹਨਾ ਜੀ ਇਹਦੇ ਵਿੱਚ ਆਪਾਂ ਜਿਵੇਂ ਹੁਣ ਜਿਹੜੇ ਆਹ ਚੀਜ਼ਾਂ ਹੁੰਦੀਆਂ ਆਲਮੋਸਟ ਐਸੈਸਰੀ ਲੱਗਦੀ ਹੈ ਮਿਲਟਰੀ ਦੀ ਜਿਵੇਂ ਜਰੀ ਕੈਨ ਹੋ ਗਿਆ ਆਹ ਐਂਟੀਨਾ ਹੋ ਗਿਆ ਏਰੀਅਰ ਵਗੈਰਾ ਇਹ ਆਪਾਂ ਲਾ ਸਕਦੇ ਸੀ ਆਪਾਂ ਲਾਤਾ ਇਸ ਤੇ ਹੋਰ ਤਾਂ ਭਾਜੀ ਕੈਮਰਾ ਵੀ ਆਪਾਂ ਇਹਦੇ ਵਿੱਚ ਲਾਤਾ ਕੈਮਰਾ ਲੱਗ ਗਿਆ ਜਿਵੇਂ ਅਗਲਾ ਕਹਿੰਦਾ ਕੱਲ ਨੂੰ ਮੈਂ ਇਹਦੇ ਪਿੱਛੇ ਟ੍ਰੇਲਰ ਸਟਾਪ ਲਾਈਟਾਂ ਦੇ ਆਪਸ਼ਨ ਡਬਲ ਦਿੱਤੇ ਕਿਉਂਕਿ ਇਹ ਜਿਹੜੀਆਂ ਸਟਾਪ ਲਾਈਟਾਂ ਹੈਗੀਆਂ ਭਾਜੀ ਇਹ ਆਲਮੋਸਟ ਸਾਰੀਆਂ ਇਹ ਲਾ ਦਿੰਦੇ ਹੈਗੇ ਇਹ ਕੀ ਹੈ ਸਟਾਪ ਲਾਈਟਾਂ ਥੋੜੀ ਦਿਸਦੀਆਂ ਮਤਲਬ ਧੁੰਦਲੀ ਦਿਸਦੀਆਂ ਸਹੀ ਨਹੀਂ ਦਿਖਦੀ ਵਿਜ਼ੀਬਿਲਟੀ ਘੱਟ ਹੈ ਹਾਂਜੀ ਉਹਦੇ ਲਈ ਆਪਾਂ ਇਹ ਦੋ ਐਕਸਟਰਾ ਲਾਤੀ ਇਹਦੇ ਵੀ ਹਾਂ ਕੱਲ ਨੂੰ ਕੋਈ ਇਨਸਪੈਕਸ਼ਨ ਹੋਵੇ ਤੇ ਕੋਈ ਪ੍ਰੋਬਲਮ ਨਾ ਆਵੇ ਮਤਲਬ ਉਹ ਸਾਰੀ ਗੱਡੀ ਚੈੱਕ ਕਰ ਸਕਦੇ ਬ੍ਰੇਕ ਮਾਰ ਕੇ ਗੱਡੀ ਪੋਰਟ ਤੇ ਅੜਨੀ ਨਹੀਂ ਚਾਹੀਦੀ ਹਾਂ ਅੜਨੀ ਨਹੀਂ ਚਾਹੀਦੀ ਭਾਜੀ ਇੱਕ ਤਾਂ ਇਹ ਇੱਕ ਬਾਈ ਹੁਣ ਇਹਦੇ ਪਿੱਛੇ ਤਾਂ ਆਪਾਂ ਨਾਰਮਲ ਹੁੱਕ ਲਾ ਰੱਖੀ ਹੋ ਆ ਜਾਂਦੀ ਹੈ ਹਨਾ ਇੱਕ ਹੁੰਦਾ ਕਿ ਬਾਈ ਆਪਣੇ ਪਲੇਟ ਲਾ ਦਿੰਦੇ ਨੇ ਕਿ ਹੈਵੀ ਹੁੱਕ ਕਰ ਦਿੰਦੇ ਨੇ ਹਾਂਜੀ ਉਹ ਵੀ ਕਰ ਦਿੰਦੇ ਆ ਭਾਜੀ ਆਪਸ਼ਨ ਹੁੰਦਾ ਹੈਗਾ ਉਹ ਵੀ ਬਟ ਕੀ ਹੈ ਕਿ ਅਸੀਂ ਆਹ ਲਾਤੀ ਉਹਦੇ ਹੋਰ ਗੱਡੀਆਂ ਹੁੰਦੀਆਂ ਸਾਡੇ ਜਿਵੇਂ ਹੁਣ ਜਿਵੇਂ ਜੋਂਗੇ ਜੁੰਗੇ ਬੰਦੇ ਉਹਦੇ ਉਹ ਲਾ ਕੇ ਜਿਵੇਂ ਅਗਲਾ ਕਹਿੰਦਾ ਬਾਈ ਮੈਂ ਪਿੱਛੇ ਕੱਲ ਟ੍ਰੇਲਰ ਪਾਉਣਾ ਆ ਹਾਂਜੀ ਹਾਂਜੀ ਹੋ ਜਾਂਦਾ ਭਾਜੀ ਉਹਦੇ ਉਹ ਪਲੇਟ ਲਾ ਕੇ ਆਪਾਂ ਹੁੱਕ ਲਾ ਦੇਾਂਗੇ ਉਹਦੇ ਉੱਤੇ ਹਾਂਜੀ ਹਾਂਜੀ ਉਹ ਵੀ ਲੱਗ ਜਾਂਦਾ ਭਾਜੀ ਤੇ ਬਾਈ ਯਾਰ ਇੱਕ ਚੀਜ਼ ਦੇਖੀ ਆ ਡੱਬ ਵਾਲੀ ਜਿੰਨੀਆਂ ਵੀ ਗੱਡੀਆਂ ਬਣਦੀਆਂ ਨੇ ਤੇ ਤੁਹਾਡੇ ਆਹ ਚੀਜ਼ਾਂ ਸਭ ਤੋਂ ਸੋਹਣੀਆਂ ਬਣਾਉਂਦੇ ਨੇ ਹਾਂਜੀ ਭਾਜੀ ਇਹ ਫਿਰ ਐ ਹੁੰਦਾ ਨਾ ਭਾਜੀ ਸਾਡੇ ਇੱਥੇ ਜਿਵੇਂ ਜਿਹੜਾ ਉੱਤੇ ਇਹਦੇ ਕੱਪੜਾ ਲੱਗਿਆ ਹੋਇਆ ਸਟਫ ਲੱਗਿਆ ਹੋਇਆ ਇਹ ਬਹੁਤ ਵਧੀਆ ਮਿਲ ਜਾਂਦਾ ਇੱਥੇ ਹੀ ਤੇ ਐਸੇ ਕਰਕੇ ਭਾਜੀ ਫਿਰ ਮਤਲਬ ਥੋੜੀ ਆਪਦੀ ਵੀ ਕਲਾਕਾਰੀ ਹੁੰਦੀ ਹੈ ਕੁਝ ਉਧਰੋਂ ਹੋ ਜਾਂਦੀ ਹੈ ਮਤਲਬ ਡਬਲ ਕੰਮ ਹੋ ਜਾਂਦਾ ਤੇ ਬਾਈ ਮੀਟਰ ਗੱਡੀ ਨੂੰ ਲਾਤੇ 5 ਹਾਂਜੀ 5 ਲਾਤੇ ਭਾਜੀ ਸਾਰਿਆਂ ਦੇ ਵਰਕਿੰਗ ਹੈਗੇ ਮੀਟਰ ਸਾਰੇ ਹਾਂ ਸਾਰਿਆਂ ਦੇ ਵਿੱਚ ਜੀਪ ਦਾ ਤੁਹਾਨੂੰ ਲੋਗੋ ਦੇਖਣ ਨੂੰ ਮਿਲ ਜੂਗਾ ਭਾਈ ਤੇ ਬਾਈ ਇਹ ਵੀ ਚੀਜ਼ ਹੋ ਗਈ ਤੇ ਇਸ ਤੋਂ ਬਾਅਦ ਅਗਲੀ ਗੱਲ ਇਹ ਆ ਬਾਈ ਇੱਕ ਭਾਜੀ ਮੈਂ ਤੁਹਾਨੂੰ ਦੱਸਾਂ ਸਾਰਾ ਤੋਂ ਮੇਨ ਗੱਲ ਕੀ ਹੁੰਦੀ ਹੈ ਵੈਦਰ ਵਾਲੀ ਗੱਲ ਦੱਸਦਾ ਤੁਹਾਨੂੰ ਮੈਂ ਵੈਦਰ ਤੇ ਸੱਚ ਮੈਨੂੰ ਯਾਦ ਆ ਗਈ ਗੱਲ ਹਾਂ ਸਾਰੀਆਂ ਗੱਡੀਆਂ ਰਸਟ ਪ੍ਰੂਫ ਹੋਣੀਆਂ ਭਾਜੀ ਥੱਲੋਂ ਵੀ ਜੰਗ ਨਹੀਂ ਪੈਂਦਾ ਹਾਂਜੀ ਉੱਤੋਂ ਵੀ ਕੋਟਿੰਗ ਕੀਤੀ ਹੋਊਗਾ ਸਾਰੀ ਭਾਜੀ ਕੀ ਹੁੰਦਾ ਭਾਜੀ ਬਰਫ਼ ਦੇ ਵਿੱਚ ਨਾ ਉੱਥੇ ਆਪਣੇ ਸਾਲਟ ਪਾ ਦਿੰਦੇ ਜਮਾਣ ਵਾਸਤੇ ਹਾਂ ਬਈ ਖੂਰੇ ਨਾ ਪਿੰਗਲੇ ਨਾ ਸਾਲਟ ਪਾਤਾ ਉੱਤੇ ਫਿਰ ਇਕੱਠਾ ਕਰ ਲਾਂਗੇ ਜੋ ਸਾਲਟ ਪਾ ਦਿੰਦੇ ਉਹ ਸ਼ੋਰਾ ਬਣ ਜਾਂਦਾ ਇੱਕ ਤਰ੍ਹਾਂ ਦਾ ਗੱਡੀਆਂ ਬਾਡੀ ਸਾਰੇ ਗਲਣ ਲੱਗ ਜਾਂਦੇ ਇਹ ਗਲੂਗੀ ਨਹੀਂ ਭਾਜੀ ਮਤਲਬ ਇਹ ਬਾਹਰ ਚਲ ਗਈ ਸਾਡੇ ਨੂੰ ਇਹ ਗਾਰੰਟੀ ਹੈ ਕਿ ਗੱਡੀ ਕੱਲ ਨੂੰ ਗਲਦੀ ਹਾਂਜੀ ਹਾਂਜੀ ਰਸਟ ਪ੍ਰੂਫ ਕੀਤੀ ਹੋਈ ਹੈ ਭਾਜੀ ਅੰਦਰੋਂ ਵੀ ਕੀਤੀ ਹੋਈ ਹੈ ਥੱਲੋਂ ਵੀ ਕੀਤੀ ਹੋਈ ਹੈ ਥੱਲੇ ਬਾਡੀ ਵੀ ਕੀਤੀ ਹੈ ਹਾਂਜੀ ਹਾਂਜੀ ਦੋਨੇ ਚੈਸੀ ਨੂੰ ਵੀ ਕੁਝ ਨਹੀਂ ਹੁੰਦਾ ਹਾਂਜੀ ਹਾਂਜੀ ਦੋਨੇ ਤੇ ਭਾਈ ਜਿਵੇਂ ਗੱਡੀ ਤਾਂ ਇਹ ਤਾਂ ਓਪਨ ਆ ਫਿਰ ਨਾਲ ਇਹਦੇ ਕਸਟਮਰ ਨੂੰ ਉਹ ਵੀ ਦੇਣਾ ਆ ਹਾਂਜੀ ਉਹ ਹੈਗੀ ਹੈ ਭਾਜੀ ਸਾਰਾ ਕੁਝ ਹੈਗੀ ਲਾਇਆ ਹੋਇਆ ਫਿਲਹਾਲ ਉਹਨੇ ਅੱਛਾ ਹਾਂਜੀ ਕਿ ਹੁਣ ਟੌ ਟੱਪਾ ਗੱਡੀ ਦਾ ਹੋਇਆ ਭਾਈ ਮਤਲਬ ਇੱਕ ਜੇ ਜੀਪ ਦਾ ਲੁੱਕ ਦੇਖੀ ਤਾਂ ਓਪਨ ਹੀ ਸੋਹਣਾ ਲੱਗਦਾ ਤਾਂ ਕਰਕੇ ਓਪਨ ਕੀਤੀ ਹੋਈ ਹੈ ਉਹ ਸਾਰੀ ਹੈਗਾ ਸੀ ਇਹ ਆਰਡਰ ਮਿਲਿਆ ਸੀਗਾ ਇਹ ਬਾਈ ਨੇ ਨੈਟ ਤੋਂ ਦੇਖ ਕੇ ਆਰਡਰ ਦਿੱਤਾ ਕਿ ਬਾਈ ਪਹਿਲਾਂ ਕਿਸੇ ਨੇ ਜੀਪ ਲਈ ਹੋਈ ਸੀ ਤਾਂ ਉਹ ਤੋਂ ਆਰਡਰ ਗਾਂ ਆ ਗਿਆ ਇਹ ਐਕਚੁਅਲੀ ਭਾਜੀ ਆਪਣੇ ਕੋਲ ਨਾ ਟਿਕਟੌਕ ਚੱਲਦਾ ਹੈਗਾ ਮੇਨ ਅੱਛਾ
ਬਾਡੀ ਦਾ ਫਰਕ ਨਹੀਂ ਗਾ ਭਾਜੀ, ਇਕੱਲੇ ਮਗਰਾਟ ਦਾ ਫਰਕ ਹੈਗਾ। ਜੇ ਗ੍ਰਿਲ ਹੈਗੀ ਇਹਦੀ ਨਿਊ ਲੁੱਕ 'ਚ ਜਿਹੜੀ ਚੱਲਦੀ ਪਈ ਅੱਜ ਕੱਲ੍ਹ, ਉਹ ਲਾਤੀ ਜੀ ਇਹਦੀ ਗ੍ਰਿਲ ਜੀ। ਹਾਂਜੀ ਮੈਟਲ ਦੀ ਆ। ਹਾਂਜੀ ਮੈਟਲ ਦੀ ਆ ਭਾਜੀ। ਅੱਛਾ ਐ ਹੈ ਕਿ ਉਹ ਦੂਜੀ ਡਾਈ ਡੂਈ ਵਾਲੀ ਨਹੀਂ ਹੈਗੀ, ਪ੍ਰੋਪਰ ਮੈਟਲ ਦੀ। ਹਾਂ ਮੈਟਲ ਦੀ ਆ ਭਾਜੀ। ਤੇ ਜਿਹੜੀ ਆਹ ਗੱਡੀ ਆ ਬਾਈ, ਇਹਦੇ ਵਿੱਚ ਫਿਰ ਇੰਜਣ ਕਿਹੜਾ ਹੋਊਗਾ? ਇਹਦੇ ਵਿੱਚ ਵੀ ਭਾਜੀ ਕਰੋਲਾ ਦਾ ਇੰਜਣ ਹੈ ਜੀ। ਇਹਦੇ ਵਿੱਚ ਵੀ ਕਰੋਲਾ ਹੈ? ਹਾਂਜੀ। ਪਹਿਲਾਂ ਤਾਂ ਬਾਈ ਚੱਲਦੇ ਹੁੰਦੇ ਸੀਗੇ, ਕਹਿੰਦੇ 3 ਸੀ ਇੰਜਣ ਵਰਤ ਲਓ, ਅਗਲਾ ਕਹਿੰਦਾ ਬਲੈਰੋ ਟਰਬੋ ਵਰਤ ਲਓ। ਅੱਜ ਕੱਲ੍ਹ ਮੈਂ ਦੇਖਦਾ ਕਿ ਪੈਟਰੋਲ ਇੰਜਣ ਇਕੱਲੀ ਵੱਧ ਜ਼ੋਰ ਲੱਗਿਆ ਭਾਈ। ਜਿਹੜੇ ਬਾਹਰ ਬੰਦੇ ਬੈਠੇ ਆ, ਸਭ ਤੋਂ ਵੱਡੀ ਬੇਵਕੂਫੀ ਆਹੀ ਕਰਦੇ ਆ ਜਿਹੜੇ ਡੀਜ਼ਲ 'ਚ ਗੱਡੀ ਲੈ ਕੇ ਜਾਂਦੇ ਆ ਜੀ। ਹਾਂ, ਕਿਉਂਕਿ ਉਹਨਾਂ ਨੂੰ ਡੀਜ਼ਲ ਗੱਡੀ ਉੱਥੇ ਲੈ ਕੇ ਹੀ ਨਹੀਂ ਚਾਹੀਦੀ। ਡੀਜ਼ਲ ਗੱਡੀ ਤਾਂ ਇੰਡੀਆ 'ਚ ਬੈਨ ਕਰ ਰਹੇ ਆ। ਹਾਂ, ਉਹ ਉੱਥੇ ਜਾ ਕੇ ਕਿਵੇਂ ਚੱਲੂਗੀ ਭਾਜੀ? ਤੇ ਬਾਕੀ ਭਾਜੀ ਜਿਹੜੀ ਮੈਂ ਤੁਹਾਨੂੰ ਸਾ ਪੈਟਰੋਲ ਦੀ ਇੱਕ ਆਹ ਖਾਸੀਅਤ ਹੁੰਦੀ ਹੈ ਵੀ ਜਿਹੜੀ ਆਪਣੀ ਗੱਡੀ ਹੈਗੀ ਆ ਜ਼ਿਆਦਾ ਜਲਦੀ ਗਰਮ ਹੋ ਜਾਂਦੀ ਹੈ, ਟੈਂਪਰੇਚਰ ਲੋਅ ਹੁੰਦਾ ਜਦੋਂ ਗਰਮ ਜਲਦੀ ਹੋ ਜਾਂਦੀ। ਤੇ ਇਸ ਕਰਕੇ ਮੈਂ ਉਹਨਾਂ ਨੂੰ ਦੱਸਦਾ ਵੀ ਪ੍ਰੈਫਰੈਂਸ ਕਰਦਾ ਵੀ ਤੁਸੀਂ ਪੈਟਰੋਲ ਦੀ ਗੱਡੀ ਲਓ, ਡੀਜ਼ਲ ਗੱਡੀ ਨਾ। ਜਿੰਨਾ ਮਰਜ਼ੀ ਵਾ ਲਓ। ਹਾਂਜੀ ਹਾਂਜੀ, ਜਿੱਧਰ ਮਰਜ਼ੀ ਲੈ ਜਾਓ ਭਾਈ, ਜਿੱਧਰ ਮਰਜ਼ੀ ਲੈ ਜਾਓ। ਹਾਂਜੀ, ਇਹ ਤਾਂ ਬਾਈ ਹੁਣ ਜਿਵੇਂ ਆਟੋ ਆ ਹਨਾ, ਹੁਣ ਕਈ ਵੀਰ ਹੁੰਦੇ ਨੇ ਮੈਨੂਅਲ ਦੇ ਸ਼ਕੀਨ, ਖਾਸ ਕਰਕੇ ਮੈਨੂਅਲ ਦੇ ਵਿੱਚ 4x4 ਮੰਗਦਾ ਅਗਲਾ। ਹਾਂਜੀ ਹਾਂਜੀ, ਤੇ ਬਾਈ ਮਿਲ ਜੂ ਪੈਟਰੋਲ? ਹਾਂਜੀ ਮਿਲ ਜੂ ਭਾਜੀ। ਫਿਰ ਇਹਨੂੰ ਗੇਅਰ ਬਾਕਸ ਕਿਹੜਾ ਲੱਗੂਗਾ ਬਾਈ? ਉਹਨੂੰ ਹੀ ਭਾਜੀ ਟੋਟਾ ਦਾ ਲੱਗੂਗਾ ਗੇਅਰ ਬਾਕਸ, ਫੋਰਚੂਨਰ ਵਾਲਾ ਲੱਗ ਜੂ। ਹਾਂਜੀ ਹਾਂਜੀ, ਤੇ 4x4 ਵੀ ਹੋਊ। ਹਾਂਜੀ 4x4, ਰੇਟ ਦਾ ਫਰਕ ਥੋੜਾ ਬਹੁਤ ਪੈ ਜੂ। ਹਾਂ ਰੇਟ ਦਾ ਤਾਂ ਹੋਊਗਾ ਹੀ ਭਾਜੀ, ਕਿਉਂਕਿ ਆਪਾਂ ਉਹ ਚੀਜ਼ ਪਾ ਰਹੇ ਆ ਤੇ ਉਹ ਥੋੜਾ ਡਿਫਰੈਂਟ ਹੋ ਜਾਂਦਾ, ਕਿਉਂਕਿ ਗੇਅਰ ਥੋੜਾ ਜਿਹਾ ਲੰਬਾ ਵੀ ਹੋ ਸਕਦਾ ਉਹਦੇ ਨਾਲ। ਤੇ ਜਿਵੇਂ ਭਾਈ ਆਹ ਗੱਡੀ ਆ, ਇਹ ਉਹਦੇ ਨਾਲ ਇਹਦੇ ਵਿੱਚ ਫੀਚਰ ਥੋੜੇ ਜਿਹਾ ਵੱਧ ਨੇ ਦੇਖਣ ਨੂੰ ਲੱਗਦਾ, ਤੇ ਫਿਰ ਰੇਟ ਵੀ ਵੱਧ ਹੋਊ। ਇਹ ਭਾਜੀ ਮੰਨ ਲਓ 6 ਲੱਖ ਤੋਂ ਇਹ ਸਟਾਰਟ ਹੋ ਜਾਂਦੀ ਭਾਜੀ। 6 ਲੱਖ ਤੋਂ ਇਹ ਸਟਾਰਟ ਹੋ ਜਾਂਦੀ? ਹਾਂਜੀ, ਉਹ 5.5 ਲੱਖ ਤੋਂ ਭਾਜੀ ਸਟਾਰਟ ਹੋ ਜਾਂਦੀ ਹੈ। ਇਹਦੇ ਵਿੱਚ ਕੀ ਹੈ ਭਾਜੀ, ਮੇਨ ਚੀਜ਼ ਆਉਂਦੀ ਹੈ ਜਿਵੇਂ ਆਪਾਂ ਨੂੰ ਵਾਈਪਰ ਡਬਲ ਚਾਹੀਦੇ ਹੈਗੇ। ਕਈ ਕੀ ਕਹਿੰਦੇ ਸਿੰਗਲ ਲਾ ਦਿੰਦੇ, ਇੱਕ ਸਵਿੱਚ ਤੇ ਕਰ ਦਿੰਦੇ, ਉਹ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਰਹਿੰਦੇ ਆ। ਆਪਾਂ ਪ੍ਰੋਪਰ ਇਹਦੇ ਡਬਲ ਵਾਈਪਰ ਲਾਏ ਆ ਉਵੇਂ, ਡਬਲ ਵਾਈਪਰ ਜਿਵੇਂ ਕਾਰਾਂ 'ਚ ਆਉਂਦੇ ਨੇ, ਜਿੱਦਾਂ ਕੋਲੀਆਂ ਆਉਂਦੀਆਂ ਸੀ, ਕੋਲੀਆਂ ਲਾ ਕੇ ਉਵੇਂ ਜਿਵੇਂ ਜੀਪ ਦੇ ਆਉਂਦੀਆਂ ਸੀਗੀਆਂ, ਜਿਵੇਂ ਆਹ ਲੱਗੀ। ਹਾਂਜੀ ਹਾਂਜੀ, ਮਤਲਬ ਐ ਹੈ ਕਿ ਕਿਸੇ ਵੀ ਪਾਸੇ ਇਹਦਾ ਵੀ ਇਹਨਾਂ ਦੇ ਵਿੱਚ ਕੋਈ ਡੈਮੇਜ ਨਹੀਂ ਜਾਂਦਾ? ਨਹੀਂ ਨਹੀਂ ਨਹੀਂ, ਜਮਾ ਨਹੀਂ। ਇਹ ਜਿਵੇਂ ਮਤਲਬ ਕਈ ਕੀ ਕਰਦੇ ਆ, ਕਈ ਸਿੰਗਲ ਸਿੰਗਲ ਤੇ ਕਰ ਦਿੰਦੇ, ਉਹ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ। ਆਪਾਂ ਪ੍ਰੋਪਰ ਜਿਹਦਾ ਜੀਪ ਦੇ ਆਉਂਦੇ ਆ ਉਦਾਂ ਹੀ ਲਾਏ ਆ। ਹੁਣ ਜਿਵੇਂ ਬਾਈ ਬਾਹਰ ਇਹ ਵੀ ਚੱਲੀ ਆ, ਹੁਣ ਇਹਦੇ ਵਿੱਚ ਇਨਸਪੈਕਸ਼ਨ ਦੇ ਵਿੱਚ ਕੀ ਕੀ ਚੈੱਕ ਕਰਨਾ ਉਹਨਾਂ ਨੇ ਗੱਡੀ 'ਚ? ਇਹਦੇ ਵਿੱਚ ਭਾਜੀ ਇਨਸਪੈਕਸ਼ਨ ਦੇ ਵਿੱਚ ਫਸਟ ਆਫ ਆਲ ਇਹਦੇ ਟਾਇਰ ਇਹਦੇ ਬਾਹਰ ਆ, ਬਟ ਅਸੀਂ ਇਹਦੇ ਫੈਂਡਰ ਬਣਾ ਰੱਖੇ ਆ, ਉਹ ਫੈਂਡਰ ਨਾਲ ਭੇਜ ਦਾਂਗੇ। ਅੱਛਾ, ਉਹਨੇ ਟਾਇਰ ਕਵਰ ਕਰ ਲਏ? ਹਾਂਜੀ, ਉਹਨੇ ਟਾਇਰ ਕਵਰ ਕਰ ਲੈਣੇ ਆ। ਇੱਕ ਤਾਂ ਉਹ, ਹਾਂਜੀ, ਫਰੰਟ ਬੰਪਰ ਵੀ ਉਹਦੇ ਵਿੱਚ ਆਉਂਦਾ ਬਾਈ? ਹਾਂਜੀ ਆਉਂਦਾ ਭਾਜੀ। ਉਹ ਬੰਪਰ ਦੇ ਵਿੱਚ ਜਿਵੇਂ ਬੰਪਰ ਹੁਣ ਕਈ ਕੀ ਆ ਬਾਲੇ ਬਾਹਰ ਕਰ ਦਿੰਦੇ ਭਾਜੀ, ਉਹ ਵੀ ਨਹੀਂ ਚੱਲਦੇ ਭਾਜੀ। ਬੰਪਰ ਵੀ ਟਾਇਰਾਂ ਦੇ ਬਰਾਬਰ ਆਣੇ ਚਾਹੀਦੇ, ਜਿਵੇਂ ਹੁਣ ਇਹਦਾ ਇੱਥੇ ਟਾਇਰ ਆ ਗਿਆ ਸੀ, ਇਹਦੇ ਨਾਲ ਨਾਲ ਹੀ ਫੈਂਡਰ ਬਣਾ ਕੇ। ਹਾਂਜੀ ਹਾਂਜੀ, ਇੱਕ ਤਾਂ ਬਾਈ ਇਹ, ਤੇ ਫਿਰ ਜਦੋਂ ਆਪਾਂ ਇੱਥੇ ਆ ਜਾਂਦੇ ਨੇੜੇ ਬਾਈ ਗੱਡੀ ਦੇ ਅੰਦਰ, ਇਹਦੇ ਵਿੱਚ ਕੀ ਕੀ ਚੈੱਕ ਕਰਨਗੇ ਫਿਰ ਉਹ? ਭਾਜੀ ਇਹਦੇ ਵਿੱਚ ਮੀਟਰ ਚੈੱਕ ਕਰਦੇ ਆ ਪ੍ਰੋਪਰਲੀ ਵੀ ਮੀਟਰ ਸਾਰੇ ਵਰਕ ਕਰ ਰਹੇ ਆ। ਇਹਦੇ ਵਿੱਚ 3 ਮੀਟਰ ਨੇ। ਹਾਂਜੀ, ਇਹਦੇ ਵਿੱਚ ਸਾਰੇ ਮੀਟਰ ਚੈੱਕ ਹੋਣਗੇ ਭਾਜੀ, ਕਿਵੇਂ ਮੀਟਰ ਸਹੀ ਚੱਲ ਰਹੇ ਆ, ਸਟੀਅਰਿੰਗ ਦੇਖਣਗੇ, ਸੀਟ ਬੈਲਟਾਂ ਭਾਜੀ ਜ਼ਰੂਰ ਚੈੱਕ ਕਰਦੇ ਆ। ਸੀਟ ਬੈਲਟਾਂ ਦਾ ਕੀ ਹੁੰਦਾ ਭਾਜੀ? ਹਾਂਜੀ, ਇਹ ਹੁਣ ਜਿਵੇਂ ਮੰਨ ਲਓ ਸੀਟ ਬੈਲਟਾਂ ਲਾਈਆਂ ਹੋਈਆਂ, ਇਹ ਲਾਈਆਂ ਹੋਈਆਂ ਹੁੰਦੀਆਂ, ਐ ਮਾਰੀਆਂ ਲੌਕ ਹੋ ਗਈ, ਲੌਕ ਹੋ ਗਈ ਭਾਜੀ। ਇਹ ਚੀਜ਼ਾਂ ਜ਼ਰੂਰੀ ਹੈ, ਦੇਖਣੀਆਂ। ਹਾਂ, ਇਹ ਦੇਖਣੀਆਂ ਉਹਨਾਂ ਨੇ ਬਈ, ਇੱਕਦਮ ਬ੍ਰੇਕਾਂ ਲਾ ਕੇ ਦੇਖਣੇ, ਗੱਡੀ ਅੜੀ ਹੈ, ਸੀਟ ਬੈਲਟ ਅੜੀ ਹੈ ਕਿ ਨਹੀਂ ਅੜੀ, ਬਸ ਉਹਨਾਂ ਨੇ ਆਹ ਚੀਜ਼ਾਂ ਦੇਖਣੀਆਂ ਹੈਗੀਆਂ। ਇਹ ਵੀ ਇਨਸਪੈਕਸ਼ਨ ਉੱਤੇ? ਹਾਂਜੀ ਹਾਂਜੀ। ਤੇ ਇਸ ਤੋਂ ਇਲਾਵਾ ਹੋਰ ਕੀ ਕਰਦੇ ਨੇ ਬਈ ਫਿਰ ਚੈੱਕ? ਹੋਰ ਭਾਜੀ ਟੇਲ ਲਾਈਟਾਂ ਹੋ ਗਈਆਂ ਭਾਜੀ ਇਹਦੀਆਂ, ਟੇਲ ਲਾਈਟਾਂ ਚੈੱਕ ਕਰਨਗੇ ਭਾਜੀ, ਉਹ ਤੁਹਾਨੂੰ ਦੱਸਿਆ ਸਮੋਕ ਦੇਖਣਗੇ ਬਈ ਕਿਵੇਂ ਆ ਰਿਹਾ ਕਿ ਨਹੀਂ। ਇਹ ਚੀਜ਼ਾਂ ਹੋ ਗਿਆ, ਇਹਦੇ ਵਿੱਚ ਇੱਕ ਆ ਫੀਚਰ ਵੀ ਹੈਗਾ ਭਾਜੀ। ਅੱਛਾ, ਇਹਦੇ ਵਿੱਚ ਆ ਵੀ ਪਾ ਇਹ ਬੈਰਿੰਗ ਘੁੰਮਦਾ ਕਰਤਾ? ਹਾਂਜੀ ਹਾਂਜੀ, ਬੈਰਿੰਗ ਘੁੰਮਦਾ ਕਰਤਾ ਭਾਜੀ। ਲਓ ਮਿੱਤਰੋ, ਤੇ ਬਈ ਇਹ ਗੱਡੀ ਆ, ਇਹਦੇ ਵਿੱਚ ਆਪਾਂ ਹੋਰ ਕੀ ਕਰ ਸਕਦੇ ਸੀਗੇ ਜੇ ਗਾਹਕ ਦੀ ਡਿਮਾਂਡ ਹੁੰਦੀ? ਇਹਦੇ ਵਿੱਚ ਭਾਜੀ ਬਹੁਤ ਕੋਈ ਏਰੀਅਰ ਵਗੈਰਾ ਲਾ ਸਕਦੇ ਸੀਗੇ, ਉਹ ਕਸਟਮਰ ਨੇ ਲਵਾਇਆ ਨਹੀਂ, ਕਹਿੰਦੇ ਵੀ ਨਹੀਂ ਲਾਉਣਾ। ਤੇ ਬਈ ਫਿਰ ਇਹਨੂੰ ਹਿੱਸੇ ਕਿਹੜੇ ਪਾਏ ਨੇ ਗੱਡੀ ਨੂੰ? ਇਹਦੇ ਵਿੱਚ ਹਿੱਸੇ ਭਾਜੀ ਜਿਹੜੇ ਹੈਗੇ ਬਲੈਰੋ ਦੇ ਹੈਗੇ ਭਾਜੀ। ਤੇ ਇਹਨੂੰ ਜੇ ਆਪਾਂ 2 ਫੁੱਟਾ ਟਾਇਰ ਪਾਉਣਾ ਹੋਵੇ ਇਸੇ ਹਿੱਸੇ ਨੂੰ? ਲੱਗ ਜੂਗਾ ਭਾਜੀ ਇਸੇ ਹਿੱਸੇ ਤੇ ਭਾਜੀ, ਇਸੇ ਹਿੱਸੇ ਤੇ ਵੀ ਲੱਗ ਜੂਗਾ। ਅਗਲਾ ਕਹਿੰਦਾ ਬਾਈ ਮੈਂ ਅੱਜ ਗੱਡੀ ਮੰਗਵਾਉਣ ਲੱਗਿਆ, ਕੱਲ ਨੂੰ ਕਿਸੇ ਯਾਰ ਦੋਸਤ ਦਾ ਕੰਡੇ ਦਾ ਲਾਉਣਾ, 2 ਫੁੱਟੇ ਟਾਇਰ ਘੱਲ ਦੇ। ਨਹੀਂ ਉਹ ਹੁੰਦਾ ਭਾਜੀ ਸਾਡੇ ਨਾਲ, ਸਾਡੇ ਕੋਈ ਐਕਸਟਰਾ ਟਾਇਰ ਮੰਗਾ ਲੈਂਦੇ, ਜਿਵੇਂ ਆਹ ਗੱਡੀ ਦੇ ਨਾਲ ਅਸੀਂ ਹੁਣ 2 ਫੁੱਟੇ ਟਾਇਰ ਭੇਜਣੇ ਨਾਲ ਇਹਨੂੰ ਪੈ ਜਾਣਗੇ? ਹਾਂਜੀ ਹਾਂਜੀ, ਇਹਨੂੰ ਪੈ ਜਾਣਗੇ, ਇਹਨੂੰ ਪੈ ਜਾਣਗੇ ਕੋਈ ਚੱਕਰ। ਅੱਛਾ, ਮਤਲਬ ਜਿਹੜਾ ਭਾਈ ਬਣਵਾਉਣੀ ਚਾਹੁੰਦਾ ਉਹਨੂੰ ਇਹ ਦੱਸ ਦੇ ਕਿ ਬਈ 2 ਫੁੱਟੇ ਟਾਇਰ ਕਿਹੜੇ ਹਿੱਸੇ ਨੂੰ ਪੈ ਸਕਦੇ? ਇਹਦੇ ਜਿਹੜਾ ਹੁਣ ਤੁਸੀਂ ਲੋਇ ਵੀਲ ਦੇਖ ਰਹੇ ਹੋ, ਇਹ ਮਤਲਬ ਬਹੁਤ ਰੇਅਰ ਮਿਲਦਾ ਹੈਗਾ, ਲਾਡੋ ਦਾ ਲਾਡੋ ਦਾ। ਹਾਂਜੀ, ਇਹ ਕੀ ਸੀਗਾ, ਪਹਿਲਾਂ ਚੱਲਦੇ ਹੁੰਦੇ ਸੀ ਤੇ ਵਿੱਚੋਂ ਬੰਦ ਹੋ ਗਏ ਸੀਗੇ। ਇਹ ਸਪੈਸ਼ਲੀ ਕਸਟਮਰ ਦੀ ਚੁਆਇਸ ਸੀ ਕਿ ਮੈਨੂੰ ਆਹ ਲੋਇ ਵੀਲ ਚਾਹੀਦੇ ਹੈਗੇ, ਜਿਹੜੇ ਪਹਿਲੇ ਬਲੈਰੋ ਬਲੂਰ ਨੂੰ ਪਾਉਂਦੇ। ਹਾਂਜੀ ਹਾਂਜੀ, ਇਹ ਉਹ ਵਾਲੇ ਨੇ ਬਲੈਰੋ ਹੱਬ ਦੇ ਚੜਿਆ ਹੋਇਆ ਇਹ ਨਾਲ। ਹਾਂਜੀ ਹਾਂਜੀ ਹਾਂਜੀ, ਇਹ ਤਾਂ ਕਰਕੇ ਉਹ ਮੰਗਵਾ ਕੇ ਪਾਏ ਹੈਗੇ।
ਗਾਈਡ ਕਰ ਦਿੰਦੇ ਹਾਂ ਕਸਟਮਰ ਨੂੰ, ਜੇ ਨਹੀਂ ਮੰਨਦਾ ਫਿਰ ਉਹਦੀ ਅਗਲੀ ਚੋਇਸ ਹੈ। ਬਟ ਜੇ ਆਪਾਂ ਸਸਪੈਂਸ਼ਨ 'ਚ ਗੱਡੀ ਕਲੀਅਰ ਚੱਲ ਰਿਹਾ, ਫਸਟ ਆਫ ਆਲ ਆਪਣੇ ਕੋਲ ਕਮਾਣੀਆਂ ਹੋਣੀਆਂ ਚਾਹੀਦੀਆਂ। ਅੱਛਾ, ਸਸਪੈਂਸ਼ਨ ਦੂਜਾ ਨਾ ਹੋਵੇ, ਕਮਾਣੀਆਂ ਚਾਹੀਦੀਆਂ, ਦੂਜਾ ਹੋਵੇ। ਬਟ ਉਹਦੇ ਵਿੱਚ ਕੀ ਹੈ ਕਿ ਗੱਡੀ ਜਿਹੜੀ ਆਪਾਂ ਜਿਵੇਂ ਹੁਣ ਅਸੀਂ ਜੋਂਗੇ ਕਰ ਰਹੇ ਹਾਂ, ਜੋਂਗਿਆਂ ਦੇ ਵਿੱਚ ਹੁਣ ਮੰਨ ਲਓ ਜੇ ਆਪਾਂ 5-6 ਮਾਡਲ ਵੀ ਗੱਡੀ ਚੱਕਦੇ ਹੈਗੇ ਆ, ਤੇ ਉਹਦੇ ਵਿੱਚ ਵੀ ਅਸੀਂ ਸਸਪੈਂਸ਼ਨ ਲਾ ਦਿੰਦੇ ਹੈਗੇ ਆ ਉਹਦੇ ਵਿੱਚ। ਉਹ ਗੱਡੀ ਬਾਹਲੀ ਵੱਡੀ ਹੋ ਜਾਂਦੀ, ਉਹਨੂੰ ਕੰਫਰਟ ਵੀ ਚਾਹੀਦਾ ਹੈਗਾ, ਤਾਂ ਕਰਕੇ ਜੀਪਾਂ ਦੇ ਵਿੱਚ ਆਲਮੋਸਟ ਇਦਾਂ ਦਾ ਨਹੀਂ ਹੁੰਦਾ ਜੀ ਭਾਜੀ, ਇਹ ਥੋੜੀ ਰਗੜ ਚਾਹੀਦੀ ਹੈ। ਹਾਂਜੀ ਹਾਂਜੀ, ਇਹਨਾਂ ਨੂੰ ਚਾਹੀਦੀ ਹੈ ਭਾਜੀ। ਜੀਪਾਂ ਦੇ ਵਿੱਚ ਇਦਾਂ ਨਹੀਂ ਹੁੰਦਾ, ਜੀਪਾਂ ਦੇ ਵਿੱਚ ਤਾਂ ਅਗਲੇ ਐਂ ਕਹਿ ਰਿਹਾ ਜਦੋਂ ਆਪਾਂ ਹੁਣ ਲੁੱਕ ਵਿਲੀ ਦੀ ਬਣਾ ਗਿਆ 1947 ਦੇ ਵਿੱਚ ਰਿਲੀਜ਼ ਹੋਈ ਗੱਡੀ, ਉਹ ਦੇਖਦੇ ਆ ਵੀ ਜੇ ਗੱਡੀ ਦੀ ਤੁਸੀਂ ਉਹਦੀ ਕਾਪੀ ਬਣਾਈ ਹੈ ਤੇ ਇਹਦੇ ਵਿੱਚ ਸਸਪੈਂਸ਼ਨ ਕਿੱਥੋਂ ਲਾਈ ਹੈ ਤੁਸੀਂ? ਹਾਂ ਬਈ, ਇਹ ਤਾਂ ਨਵੀਂ ਬਣ ਗਈ। ਹਾਂਜੀ, ਇਹ ਤਾਂ ਨਵੀਂ ਬਣ ਗਈ, ਉਹ ਚੀਜ਼ਾਂ ਹੋ ਜਾਂਦੀਆਂ ਕੋਈ ਜਿਵੇਂ ਆਹ ਗੱਲਾਂ ਹੈਗੀਆਂ। ਤੇ ਜਿਵੇਂ ਆਹ ਤਾਂ 2 ਗੱਡੀਆਂ ਨੇ, ਇਹ ਤਾਂ ਆਪਾਂ ਦੱਸਤਾ ਫਿਰ ਬਈ ਆਹ ਇਹ ਤਾਂ ਭਾਜੀ ਇੰਡੀਆ ਹੀ ਦੇਣੀ ਹੈ ਗੱਡੀ ਜੀ ਭਾਜੀ, ਇੱਥੇ ਜਾਣੀ ਹੈ ਗੱਡੀ। ਹਾਂਜੀ ਹਾਂਜੀ। ਤੇ ਭਾਈ ਇਹ ਕਿੰਨੇ 'ਚ ਗੱਡੀ ਤਿਆਰ ਹੋ ਜੂ? ਇਹ ਤਾਂ ਭਾਈ 4.5 ਲੱਖ ਤੋਂ ਸਟਾਰਟ ਹੋ ਜਾਂਦੀ ਭਾਈ, ਇਹ 4.5 ਲੱਖ ਤੋਂ ਸਟਾਰਟ ਹੋ ਜੂ। ਹਾਂਜੀ ਹਾਂਜੀ। ਤੇ ਇਹਦੇ ਵਿੱਚ ਆਪਾਂ ਕਹਿੰਦੇ ਕਿ ਬਹੁਤੇ ਸੰਗਣ ਮੰਗਣ ਜੇ ਹਜੇ ਕਰਨੀ ਰੱਖੀ, ਨਹੀਂ ਹੁਣੇ ਕਰਨੀ ਹੈ, ਹੁਣੇ ਤਿਆਰ ਹੋ ਰਹੀ ਹੈ ਭਾਜੀ ਰੈਡੀ। ਅੱਛਾ, ਹਜੇ ਤਿਆਰ ਹੋ ਰਹੀ ਹੈ। ਹਾਂਜੀ ਹਾਂਜੀ। ਤੇ ਭਾਈ ਜਿਵੇਂ ਆਹ ਤਿਆਰ ਹੋ ਰਹੀ ਹੈ ਤਾਂ ਵਰਕਸ਼ਾਪ ਕੀ ਤਿਆਰ ਹੁੰਦਾ ਪਿਆ? ਭਾਜੀ ਤੁਹਾਨੂੰ ਦਿਖਾਵਾਂਗੇ, ਉੱਥੇ ਜਾ ਕੇ ਜੋਂਗੇ ਸਾਡੇ ਕੋਲੇ ਡੌਜ ਰੈਡੀ ਹੋ ਰਿਹਾ, ਜੋਂਗੇ ਹੈਗੇ ਆ, ਰੂਬੀਕੌਨ ਰੈਡੀ ਹੋ ਰਹੀ ਹੈ। ਫਿਰ ਐਂ ਕਰਦੇ ਬਈ, ਵਰਕਸ਼ਾਪ ਚਲੀਏ? ਹਾਂਜੀ ਹਾਂਜੀ ਜ਼ਰੂਰ ਭਾਜੀ, ਜੱਟਾ ਕੱਟ ਲਾ, ਵਰਕਸ਼ਾਪ ਜਾਂਦੇ ਆ। ਆ ਜਾਓ ਜੀ। ਹਾਂਜੀ ਮਿੱਤਰੋ, ਤੇ ਹੁਣ ਬਈ ਆਪਾਂ ਵਰਕਸ਼ਾਪ ਆ। ਹਾਂਜੀ, ਇੱਥੇ ਆ ਕੇ ਪਤਾ ਲੱਗਾ ਕਿ ਕੱਲੀਆਂ ਜੀਪਾਂ ਨਹੀਂ, ਹਾਂਜੀ ਉਹ ਤਾਂ ਗੱਡਖਾਨਾ ਬਹੁਤ ਤਗੜਾ ਤਗੜਾ ਖੜਾ ਬਈ। ਜੇ ਆਪਾਂ ਬਈ ਵਰਕਸ਼ਾਪ ਦਾ ਗੇੜਾ ਜਦੋਂ ਤਾਂ ਮਾਰ ਕੇ ਦਿਖਾਉਣ ਹੋਵੇ ਕਿਸੇ ਨੂੰ ਬਈ ਕੀ ਕੀ ਤਿਆਰ ਹੁੰਦਾ ਪਿਆ ਇਸ ਟਾਈਮ? ਬਈ ਡੌਜ ਵੀ ਰੈਡੀ ਹੁੰਦਾ ਪਿਆ, ਵੰਟ, ਹਾਂਜੀ ਇਹ ਡੌਜ ਆ ਵੀਰੇ। ਹਾਂਜੀ, ਇਹ ਡੋਰ ਜਿਹੜਾ ਵਾ ਯਾਰ, ਐ ਬਾਹਾਂ ਜੀਆਂ ਖੋਲ ਕੇ ਖੜੇ ਹੋ ਜਾਂਦੇ, ਤਾਂ ਪਤੰਦਰ ਵੱਡਾ ਹੀ ਵਾਲਾ ਆ, ਬਹੁਤ ਵੱਡਾ ਵੀਰੇ ਇਹਦਾ। ਹੁਣ ਹਾਈਟ 'ਚ ਹੀ ਮੰਨ ਕੇ ਚੱਲੋ, ਹੁਣ ਤੁਸੀਂ ਫੋਰਚੂਨਰ ਦਾ ਡਬਲ ਹੀ ਲਾ ਲਓ ਤੁਸੀਂ, ਇਹ ਫੋਰਚੂਨਰ ਤਾਂ ਇੱਥੇ ਕਿ ਮੁੱਕ ਜਾਣੀ ਆ ਕੇ ਬਈ, ਇਹਦੇ ਇੱਥੇ ਕਿ ਖਤਮ ਹੋ ਜੂ ਫੋਰਚੂਨਰ। ਹਾਂਜੀ, ਇਹਦੇ ਉੱਤੇ ਵੀ ਹੁਣੇ ਮੰਨ ਲਓ ਸ਼ੀਸ਼ੇ ਲੱਗਣੇਗੇ, ਪੂਰਾ ਕਵਰ ਅਪ ਕਰਨਾ ਨਾ, ਬਾਕੀ 에ਅਰ ਸਸਪੈਂਸ਼ਨ ਲੱਗਣੀ ਹੈ ਥਲੇ। ਅੱਛਾ, ਉੱਪਰ ਇਹਦਾ ਮੂਨ ਰੂਫ ਹੋਣੂ? ਹਾਂਜੀ, ਪੂਰਾ ਸ਼ੀਸ਼ਾ ਹੀ ਲੱਗਿਆ ਭਾਜੀ। ਅੱਛਾ, ਉੱਪਰ ਇਹਦੀ ਛੱਤ? ਹਾਂਜੀ ਹਾਂਜੀ, ਸਾਰਾ ਪ੍ਰੋਪਰ ਸ਼ੀਸ਼ਾ ਹੀ ਲੱਗੂ ਇਹਦੇ। ਤੇ ਹੁਣ ਜਿਹੜਾ ਡੌਜ ਤਿਆਰ ਹੁੰਦਾ ਮਾਰ, ਇਹ ਕਿੰਨਾ ਟਾਈਮ ਲੈ ਜਾਂਦਾ ਹੋਊ ਬਈ ਤਿਆਰ ਹੁੰਦਾ? ਇਹ ਤਾਂ ਭਾਜੀ ਮੰਨ ਕੇ ਚੱਲੋ ਤੁਸੀਂ 6 ਤੋਂ 7 ਸਾਲ ਦੇ ਲਗਭਗ ਹੀ ਲੱਗੇ ਡੌਜ ਦਾ, ਕਿਉਂਕਿ ਇਹ ਪਹਿਲਾ ਕਨਸੈਪਟ ਸੀਗਾ ਸਾਡੇ ਕੋਲੇ, ਸੋ ਇਹਦਾ ਟਾਈਮ ਥੋੜਾ ਜ਼ਿਆਦਾ ਲਿੱਤਾ ਸੀ ਅਸੀਂ। ਇਹ ਉਹ ਚੀਜ਼ ਆ ਜਿਹਨੂੰ ਕੋਈ ਮਾੜਾ ਮੋਟਾ ਹੱਥ ਨਹੀਂ ਪਾ ਸਕਦਾ। ਇਹ ਮੈਨੂੰ ਲੱਗਦਾ ਭਾਜੀ ਇੰਡੀਆ 'ਚ ਤਾਂ ਹੋਣਾ ਹੀ ਨਹੀਂ ਕਿਸੇ ਕੋਲੇ ਭਾਜੀ। ਜਿਹੜਾ ਭਾਈ ਉਹ ਟਾਇਰ ਪਿਆ ਹੋਇਆ, ਇਹ ਕਿਹਨੂੰ ਪੈਣਾ? ਇਹ ਇਹਦੇ ਪੈਣਾ ਭਾਜੀ ਡੌਜ ਦੇ। ਅੱਛਾ, ਇਹਨੂੰ ਇਹ ਪੈਣਾ? ਹਾਂਜੀ, 14 ਇੰਚ ਦਾ ਟਾਇਰ ਹੈ ਭਾਜੀ ਇਹ, 40 ਨੰਬਰ। ਹਾਂਜੀ, ਫਿਊਲ ਦੇ ਓਰੀਜਨਲ ਲਾਏ ਇਹਦੇ 40 ਨੰਬਰ ਟਾਇਰ, ਮਤਲਬ ਕਿ ਜਿਹੜਾ ਕਿ ਆਪਾਂ ਕਹਿੰਦੇ ਕਿ ਮੇ ਬੀ ਕਿਸੇ ਨੇ ਦੇਖਿਆ ਹੋਵੇ ਕਿਸੇ ਗੱਡੀ ਨੂੰ। ਨਹੀਂ ਭਾਜੀ, ਨਹੀਂ ਪਿਆ ਜੀ, ਇਹ ਯੂਐਸਏ ਤੋਂ ਮੰਗਾਇਆ, ਇੱਥੇ ਇੰਡੀਆ 'ਚ ਤਾਂ ਅਵੇਲੇਬਲ ਹੀ ਹੈ ਨਹੀਂ ਸੀਗਾ, ਇਹ ਬਾਹਰੋਂ ਹੀ ਮੰਗਾਏ ਹੈਗੇ, ਇੰਪੋਰਟ ਕਰਾਏ ਹੈਗੇ 5 ਟਾਇਰ। ਅੱਛਾ, ਇਹ ਬਾਈ ਇਹ ਪਹਿਣਗੇ ਤੇ ਇਸ ਤੋਂ ਬਾਅਦ ਬਾਈ ਇੱਧਰ ਆਹ ਕਿਹੜੀ ਗੱਡੀ ਹੈ ਫਿਰ ਬਾਈ? ਇਹ ਰੂਬੀਕੌਨ ਬਣਾਈ ਹੈ ਭਾਜੀ। ਅੱਛਾ, ਇਹ ਤਿਆਰ ਹੋ ਗਈ ਬਾਈ? ਹਾਂਜੀ, ਇਹ ਤਿਆਰ ਹੈ ਭਾਜੀ, ਆਟੋਮੈਟਿਕ ਗੇਅਰ ਲਾਇਆ ਹੋਇਆ ਇਹਦੇ, ਜੇ ਕਿਸੇ ਨੂੰ ਚਾਹੀਦੀ ਹੋਈ ਆਟੋਮੈਟਿਕ ਆਪਾਂ ਸੇਲ ਕਰਨੀ ਹੈਗੀ ਹੈ। ਇਹ ਸੇਲ ਕਰਨੀ? ਹਾਂਜੀ ਹਾਂਜੀ। ਇਸ ਟਾਈਮ ਡਿਮਾਂਡ ਇਹਦੀ ਦੱਸ ਸਕਦੇ ਕਿ ਫੋਨ ਤੇ ਦੱਸਣੀ ਆ? ਨਹੀਂ, ਉਹ ਫੋਨ ਤੇ ਹੀ ਕਰ ਲਾਂਗੇ ਭਾਜੀ, ਨੈਗੋਸ਼ੀਏਬਲ ਵੀ ਹੋਊਗਾ ਕੁਝ ਇਧਰ ਉਧਰੋਂ ਕਰਕੇ, ਆਪਾਂ ਇਹ ਮਤਲਬ ਸੇਲ ਹੀ ਕਰਨੀ ਹੈ। ਨੰਬਰ ਸਕਰੀਨ ਤੇ ਹੈਗਾ, ਫੋਨ ਕਰ ਲਿਓ। ਹਾਂਜੀ ਹਾਂਜੀ। ਤੇ ਇੱਕ ਤਾਂ ਆਹ ਗੱਡੀ ਬਾਈ, ਫਿਰ ਇੱਥੇ ਖੜੇ ਨੇ ਬਾਈ ਆਹ ਬੰਟਨ ਤਿਆਰ ਹੋ ਰਿਹਾ। ਹਾਂਜੀ, ਬੰਟਨ ਹੋ ਰਿਹਾ ਭਾਜੀ ਇਹ ਤਿਆਰ। ਇਹ ਤਾਂ ਆਲਮੋਸਟ ਰੈਡੀ ਆ? ਹਾਂਜੀ, ਇਹ ਆਲਮੋਸਟ ਰੈਡੀ ਹੈ, ਇਹਦੇ ਤੇ ਇੱਕ ਤਾਂ ਬੋਨਟ ਲਾਣਾ, ਇੱਕ ਆਟੋਮੈਟਿਕ ਫੁੱਟਬੋਰਡ ਲਾਣੇ ਆ। ਸਾਡੀ ਗੱਡੀ ਦੇ ਹਰੇਕ ਦੇ ਭਾਜੀ ਆਟੋਮੈਟਿਕ ਫੁੱਟਬੋਰਡ ਲੱਗੇ ਹੋਣਗੇ। ਜਿਹੜੇ ਜਿਹੜੇ ਬਾਈਆਂ ਨੂੰ ਨਹੀਂ ਪਤਾ ਲੱਗਾ, ਉਹ ਗੱਲਬਾਤ ਹੈ ਕਿ ਤੁਸੀਂ ਵਿੰਡੋ ਖੋਲੀ, ਹਾਂਜੀ ਹਾਂਜੀ, ਤੇ ਥੱਲਿਓ ਖੁੱਲ ਗਏ, ਫੋਟੋ ਸਟੈਪ ਬਾਹਰ ਆ ਗਏ। ਹਾਂਜੀ ਹਾਂਜੀ, ਜਿਵੇਂ ਆਪਾਂ ਲਗਜ਼ਰੀ ਕਾਰਾਂ 'ਚ ਕਹਿੰਦੇ। ਹਾਂਜੀ ਹਾਂਜੀ, ਜੀ ਬੈਂਕ ਨਾਲ ਆ ਕੰਮ ਪੂਰਾ। ਇੱਕ ਤਾਂ ਬਾਈ ਆਹ ਇਹ ਹਜੇ ਬਣ ਰਿਹਾ ਹੈ, ਇਹ ਬਣ ਰਿਹਾ ਭਾਜੀ, ਇਹਦੇ ਨਾ 에ਅਰ ਸਸਪੈਂਸ਼ਨ ਲਾਣੀ ਹੈ, ਇਹਦਾ ਕੰਮ ਚੱਲ ਰਿਹਾ 에ਅਰ ਸਸਪੈਂਸ਼ਨ ਦਾ। ਅੱਛਾ, ਬਾਕੀ ਪੇਂਟ ਤੇ ਹੀ ਸੀਗੀ ਗੱਡੀ, ਪੇਂਟ ਕਰਨਾ ਹੈਗਾ ਹੁਣ ਇਹਨੂੰ, 에ਅਰ ਸਸਪੈਂਸ਼ਨ ਲਾ ਕੇ ਦੈਨ ਉਸ ਤੋਂ ਬਾਅਦ ਆਪਾਂ ਪੇਂਟ ਤੇ ਭੇਜ ਦਾਂਗੇ। ਬਈ ਬੰਟਨ ਦਾ ਕੀ ਕਿੰਨਾ ਟਾਈਮ ਪੀਰੀਅਡ ਹੁੰਦਾ ਜੇ ਕਿਸੇ ਨੇ ਤਿਆਰ ਕਰਾਉਣਾ? ਬੰਟਨ ਦਾ ਮੰਨ ਕੇ ਚੱਲੋ ਭਾਜੀ 4 ਤੋਂ 6 ਮਹੀਨੇ ਦਾ ਇਹਦਾ ਪ੍ਰੋਸੀਜਰ ਹੈਗਾ ਭਾਜੀ। 4 ਤੋਂ 6 ਮਹੀਨੇ ਦਾ? ਹਾਂਜੀ ਹਾਂਜੀ। ਤੇ ਬੰਟਨ ਹੁਣ ਜਿਹੜੀ ਵਰਕਸ਼ਾਪ ਖੜੀ ਹੁੰਦੀ ਆ, ਉੱਥੇ ਇਹ ਵੀ ਹੁੰਦਾ ਕਿ ਬਈ ਹੋ ਸਕਦਾ ਜੋਂਗਾ ਵੀ ਖੜਾ ਹੋਵੇ? ਹਾਂ ਹੁੰਦਾ ਭਾਜੀ, ਜੋਂਗਾ ਦਾ ਐ ਹੁੰਦਾ ਭਾਜੀ, ਹੁਣ ਜਿਵੇਂ ਹੁਣ ਆਲ ਕੋਈ ਬੰਦਾ ਭਾਜੀ ਇਹਦਾ ਛੇਤੀ ਜੀ ਕੰਮ ਕਰਦਾ ਨਹੀਂਗਾ ਭਾਜੀ ਆਹ ਚੀਜ਼ਾਂ ਦਾ, ਇਹ ਮਤਲਬ ਡਿਫਰੈਂਟ ਕਨਸੈਪਟ ਹੀ ਹੈਗਾ ਇਹ, ਮੰਨ ਕੇ ਚੱਲੋ ਤੁਸੀਂ। ਹੁਣ ਕਈ ਹੈਗੇ ਆ ਜਿਵੇਂ ਹੁਣ ਕਈ ਪਵਾ ਵੀ ਲੈ ਵੀ ਲੈਂਦੇ ਆਰਡਰ, ਤੇ ਉਹ ਗੱਡੀਆਂ ਦਿੰਦੇ ਨਹੀਂ ਉਹਨਾਂ ਨੂੰ ਕਸਟਮਰਾਂ ਨੂੰ ਬਈ, ਉਹ ਫਿਰ ਸਾਲ 6 ਮਹੀਨੇ ਉਹ ਕਈ ਕਈ ਤਾਂ ਇਦਾਂ ਕਈ ਜਗ੍ਹਾ ਤੇ ਮੈਂ ਕਿਹਾ ਲੰਬੀ ਰੇਸ ਦੇ ਘੋੜੇ ਨਹੀਂ ਹੁੰਦੇ, ਕਹਿਣ ਦਾ ਮਤਲਬ ਇਹ ਹੈ ਲੰਬੀ ਰੇਸ ਦੇ ਘੋੜੇ ਨੇ ਬਈ, ਉਹ ਜਿਹੜੀਆਂ ਗੱਡੀਆਂ ਕਈਆਂ ਦੀ ਵਰਕਸ਼ਾਪ ਖੜੀਆਂ ਨੇ, ਮੈਨੂੰ ਲੱਗਦਾ ਬਈ ਕਬਰਾਂ ਵੀ ਸ਼ਾਇਦ ਉੱਥੇ ਬਣ ਗਈਆਂ।
ਜੋਂਗੇ ਦਾ ਮੰਨ ਕੇ ਚਲੋ ਤੁਸੀਂ ਭਾਜੀ 15 ਲੱਖ ਹੈਗਾ ਜਿਹੜਾ ਉਹ ਰਸ਼ੀਅਨ ਜੋਂਗਾ ਆਂਦਾ ਜਿਹੜਾ ਛੋਟਾ ਆਂਦਾ ਹੈਗਾ ਉਹ ਤੇ ਫਿਰ ਉਹਦਾ ਟਾਈਮ ਪੀਰੀਅਡ ਹੋਣੇ ਦੇਨੇ ਬਈ ਅੱਜ ਕੋਈ ਸਾਨੂੰ ਆਰਡਰ ਦਿੰਦਾ ਸਾਈ ਦੇ ਗਿਆ ਹਾਂਜੀ ਤੇ ਕਿੰਨੇ ਮਹੀਨੇ ਚ ਦੇ ਦੇ ਉਹਦਾ ਮੰਨ ਕੇ ਚਲੋ ਭਾਈ 4 ਤੋਂ 5 ਮਹੀਨਿਆਂ ਦਾ ਹੈਗਾ ਪ੍ਰੋਸੀਜਰ 4 ਤੋਂ 5 ਮਹੀਨੇ ਵੱਧ ਤੋਂ ਵੱਧ ਖਿੱਚ ਤੂ ਕੇ ਹਾਂਜੀ ਖਿੱਚ ਤੂ ਕੇ ਮੰਨ ਕੇ ਭਾਈ ਜਿਹਨੂੰ ਕਾਲ ਲੱਗੇ ਉਹਦਾ 4 ਮਹੀਨੇ ਚ ਵੀ ਕੱਢ ਦੇਨੇ ਭਾਈ ਜਿਹਨੂੰ ਕਾਲ ਆ ਹਾਂਜੀ ਜੇ ਮੰਨ ਲਓ ਅਗਲਾ ਕਹਿੰਦਾ ਯਾਰ ਵਿੱਚ ਵਿਚਾਲੇ ਕੋਈ ਚੀਜ਼ ਪਸੰਦ ਨਹੀਂ ਆਈ ਜੇ ਬਦਲ ਦਿਓ 6 ਤੋਂ 7 ਮਹੀਨੇ ਹੋ ਸਕਦੇ 7 ਤੋਂ 8 ਹੋ ਸਕਦੇ ਨਹੀਂ ਇਦਾਂ ਦਾ ਕੋਈ ਸੀਨ ਨਹੀਂ ਇਦਾਂ ਦਾ ਕੋਈ ਸੀਨ ਨਹੀਂ ਭਾਜੀ ਕਿਉਂਕਿ ਗੱਡੀ ਦੀ ਅਸੀਂ ਮੈਂ ਤੁਹਾਨੂੰ ਦੱਸ ਰਿਹਾ ਨਾ ਭਾਜੀ ਪਹਿਲਾਂ ਗੱਡੀ ਦਾ ਸਾਰਾ ਫਿਨਿਸ਼ਿੰਗ ਕਰ ਲੈਨੇ ਆ ਅਸੀਂ ਸਾਰਾ ਕੁਝ एकदम सारा ए टू जेड करके दैन फिर आप कस्टमर नू मतलब दस दे भाई हुण तुहाडी गड्डी रेडी होने वाली है ते आ चीज़ां लग गईआं मतलब बाद च तां कोई काम रह नहीं आंदा एक बार जिहड़ी लिस्ट बनाती असीं भाई आ लगूगा बाद च ते कस्टमर भी कह दिंदा असीं कह दिंदे भाई हुण भाई ਇਹਦਾ ਮੈਨੇਜ ਕਰਨਾ ਹੋ ਗਈ ਆ ਹਾਂਜੀ ਹਾਂਜੀ ਪਹਿਲਾਂ ਹੀ ਅਸੀਂ ਭਾਜੀ ਤਸੱਲੀਆਂ ਕਰਾ ਦਿੰਦੇ ਕਸਟਮਰ ਜੀ ਪੁੱਛ ਲੈਣੇ ਆ 3-4 ਵਾਰੀ ਵੀ ਹਾਂ ਦੱਸੋ ਬਈ ਹੋਰ ਕੁਝ ਚਾਹੀਦਾ ਤੁਹਾਨੂੰ ਕਿੰਨੀ ਮਿਹਨਤ ਕਰਕੇ ਬਈ ਆਪਦਾ ਜੀ ਵੀ ਨਹੀਂ ਕਰਦਾ ਕਿ ਇਹਦਾ ਭਾਜੀ ਕੁਝ ਉਹ ਰਹਿ ਨਹੀਂ ਜਾਂਦਾ ਨਾ ਕੁਆਲਿਟੀ ਕਲਰ ਦੀ ਉਹ ਨਹੀਂ ਰਹਿ ਜਾਂਦੀ ਆ ਪੱਟ ਖੋ ਕੇ ਆਪਾਂ ਦੁਬਾਰਾ ਉਹ ਲਾਈ ਜੰਨੇ ਆ ਫਿਰ ਪਹਿਲਾਂ ਹੀ ਪੁੱਛ ਲਓ ਪਹਿਲਾਂ ਪੁੱਛ ਕੇ ਉਹੋ ਜਿਹਾ ਕੰਮ ਕਰੋ ਭਾਜੀ ਤੇ ਹੁਣ ਬਈ ਕੰਮ ਦੀ ਗੱਲ ਕਰਦੇ ਆ ਹੁਣ ਕਿਸੇ ਨੇ ਕੰਮ ਕਰਾਉਣਾ ਹਾਂਜੀ ਜੇ ਮੰਨ ਲਓ ਸਾਡੀ ਵਰਕਸ਼ਾਪ ਆਉਣਾ ਹੋਵੇ ਡੱਬ ਵਾਲੀ ਚ ਆਉਣ ਕਿੱਥੇ ਬਈ ਡੱਬ ਵਾਲੀ ਭਾਜੀ ਮਨਸਾ ਦਾ ਡੇਰਾ ਬਹੁਤ ਮਤਲਬ ਇੱਥੇ ਮਤਲਬ ਮਸ਼ਹੂਰ ਹੈਗਾ ਉੱਥੇ ਮਨਸਾ ਦਾ ਡੇਰੇ ਦੇ ਨਾਲ ਹੀ ਆਪਣੀ ਗਲੀ ਹੈਗੀ ਆ ਉਹਦੀ ਗਲੀ ਦੇ ਵਿੱਚ ਹੀ ਆਪਣੀ ਮਤਲਬ ਸ਼ਾਪ ਹੈਗੀ ਆ ਹਾਂ ਹਾਂਜੀ ਇੱਥੇ ਤੇ ਬਾਕੀ ਨੰਬਰ ਸਕਰੀਨ ਤੇ ਦੇਤੇ ਆ ਇੰਸਟਾਗ੍ਰam ਆਈਡੀ ਸਕਰੀਨ ਤੇ ਦੇਤੀ ਆ ਜਿਹੜੀਆਂ ਗੱਡੀਆਂ ਤੁਸੀਂ ਇੱਥੇ ਬਾਈ ਨਹੀਂ ਦੇਖੀਆਂ ਉਹ ਟਿਕਟੌਕ ਤੇ ਇੰਸਟਾਗ੍ਰam ਤੇ ਦੇਖ ਟਿਕਟੌਕ ਤੇ ਇੰਸਟਾਗ੍ਰam ਤੇ ਦੇਖ ਲਓ ਤੁਸੀਂ ਹਾਂਜੀ ਸਕਰੀਨਸ਼ਾਟ ਮਾਰੋ ਬਾਈ ਨੂੰ WhatsApp ਤੇ ਮੈਸੇਜ ਕਰੋ ਨੰਬਰ ਸਕਰੀਨ ਤੇ ਦੇਤਾ ਲੋਕੇਸ਼ਨ ਬਾਈ ਨੇ ਦੱਸਤੀ ਆ ਤੇ ਬਾਕੀ ਮਿੱਤਰ ਆਸ ਕਰਦੇ ਵੀਡੀਓ ਤੁਹਾਡੇ ਕੰਮ ਆਊ ਤੁਹਾਨੂੰ ਵਧੀਆ ਵੀ ਲੱਗੀ ਹੋਊ ਤੇ ਬਾਈ ਦੇ ਵੀ ਕੰਮ ਆਊਗੀ ਤੇ ਤੁਹਾਡਾ ਬਾਈ ਜੀ ਤੇ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਜੀ।